ਚੈਲਨ ਸਰਕਾਰ ਦਾ ਬੰਦਾ ਮੰਨੀ ਜਾਂ ਕਿਸਾਨ ਮੰਨੀ ਦੋਨਾਂ ਦਾ ਮੰਨ ਲਓ ਸੁੱਕੀ ਚੈਲ ਕੋਲ ਨੰਬਰ ਹੈਗਾ ਮੋਦੀ ਸਾਹਿਬ ਦਾ ਮੈਂ ਕਹਿ ਨਹੀਂ ਸਕਦਾ ਬਾਹਰੋਂ ਜਿਹੜਾ ਜੇ ਹੁੰਦਾ ਉਹਨੂੰ ਕਹਿੰਦੇ ਖਾਲਸਾ ਨਹੀਂ ਆ ਗਿਆ ਖਾਲਸਤਾਨੀ ਛੱਡੋ ਮੈਨੂੰ ਕਹਿੰਦੇ ਸੀ ਇਹ ਪਾਕਿਸਤਾਨ ਦੀ ਆਈਐਸਆਈ ਨੇ ਭੇਜਿਆ ਹੈਗਾ ਰਵੀ ਖਾਲਸਾ ਹਰੀ ਜਿਹੜਾ ਇਸ ਕਿਸਾਨ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਿਹਾ ਤੇ ਉਹਨਾਂ ਤੇ ਸਵਾਲ ਚੁੱਕੇ ਤੇ ਦੇਖੋ ਮੈਂ ਖਾਲਸਾ 侧 ਤੇ ਕਦੀ ਵੀ ਸਵਾਲ ਨਹੀਂ ਚੁੱਕਿਆ ਔਰ ਨਹੀਂ ਚੁੱਕਣ ਦੀ ਲੋੜ ਹੈਗੀ ਉਹਨਾਂ ਨੇ ਬਹੁਤ ਚੰਗਾ ਕੰਮ ਕਰਿਆ ਹੈ ਇਕ ਤਾਂ ਗੁਰਪਤਵੰਤ ਪੰਨੂ ਬਾਰੇ ਕਿਹਾ ਜਾਂਦਾ ਕੋਈ ਏਜੰਸੀਆਂ ਦਾ ਬੰਦਾ ਇੱਕ ਸੁਖੀ ਚੈਲ ਬਾਰੇ ਕਹਿੰਦੇ ਏਜੰਸੀਆਂ ਦਾ ਬੰਦਾ ਸੱਚ ਕਿ ਮੈਂ ਤਾਂ ਆਪਣੇ ਬਾਰੇ ਦੱਸ ਦਿੱਤਾ ਹੈਗਾ ਤੁਸੀਂ ਪੰਨੂ ਸਾਹਿਬ ਬਾਰੇ ਪੁੱਛ ਲਓਗੇ ਸੁਖੀ ਚੈਲ ਸਿੱਖਾਂ ਦਾ ਚਿਹਰਾ ਜਾਂ ਸੁਖੀ ਚੈਲ ਸਰਕਾਰ ਦਾ ਚਿਹਰਾ ਕਿਹਨਾਂ ਦਾ ਚਿਹਰਾ ਮੈਂ ਆਪਰਾਉਟੂ ਵੀ ਅਸੀ ਜਸਟਿਸ ਵੀ ਦੇਖ ਰਹੇ ਹੋ ਤੁਸੀਂ ਮੈਂ ਕੇਪੀ ਸਿੰਘ 뷰 ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ ਕਿਸਾਨ ਸੰਘਰਸ਼ ਲਗਾਤਾਰ ਜਾਰੀ ਹੈ ਤੇ ਇਸ ਸੰਘਰਸ਼ ਦੇ ਵਿਚਾਲੇ ਕਿਸਾਨ ਆਪਣੇ ਆਪਣੇ ਪ੍ਰੋਗਰਾਮ ਲਿਖ ਰਹੇ ਪਰ ਸੱਤ ਸਮੁੰਦਰ ਪਾਰ ਕਿਸਾਨ ਸੰਘਰਸ਼ ਨੂੰ ਲੈ ਕੇ ਜਿਸ ਤਰੀਕੇ ਨਾਲ ਹਮਾਇਤ ਕੀਤੀ ਜਾ ਰਹੀ ਹੈ ਤੇ ਉਸ ਹਮਾਇਤ ਦੇ ਵਿਚਾਲੇ ਕੁਝ ਪ੍ਰਪਗੰਡੇ ਵੀ ਚੱਲ ਰਹੇ ਪਏ ਆ ਤੇ ਉਹਨਾਂ ਸਾਰਿਆਂ ਦੇ ਸਵਾਲ ਬੰਦੇ ਆ ਤੇ ਇੱਕ ਖਾਸ ਸ਼ਖਸੀਅਤ ਸਾਡੇ ਨਾਲ ਮੌਜੂਦ ਹੋਂ ਕਿ ਜਿਹੜੇ ਕਿ 12 ਆਏ ਆ ਸੱਤ ਸਮੁੰਦਰੋਂ ਪਾਰ ਆ ਰਹੇ ਆ ਤੇ ਲਗਾਤਾਰ ਆ ਰਹੇ ਹੋ ਪਤਾ ਨਹੀਂ ਕਿਉਂ ਆ ਰਹੇ ਆ ਉਹਨਾਂ ਤੋਂ ਸਵਾਲ ਜਵਾਬ ਹੋਣਗੇ ਜ਼ਰੂਰ ਤੇ ਸਵਾਲ ਇਹੀ ਪੁੱਛਾਂਗੇ ਵਿਦੇਸ਼ਾਂ ਚ ਕਿਹੜੀ ਹਮਾਇਤ ਇਸ ਵਾਰ ਨਾਲ ਮੌਜੂਦ ਨੇ ਸੁਖਜੀਤ ਸਿੰਘ ਚਾਹਲ ਜਿਹਨਾਂ ਨੂੰ ਸੁਖੀ ਚਾਹਲ ਦੇ ਨਾਮ ਵਜੋਂ ਜਾਣਿਆ ਤੇ ਪਛਾਣਿਆ ਜਾਂਦਾ ਫਾਊਂਡਰ ਨੇ ਪੰਜਾਬ ਫਾਊਂਡੇਸ਼ਨ ਦੇ ਤੇ ਫਾਊਂਡਰ ਨੇ ਸੀਓ ਤੇ ਐਡੀਟਰ ਨੇ ਐਡੀਟਰਨ ਚੀਫ ਨੇ ਦਾ ਖਾਲਸਾ ਟੂਡੇ ਦੇ ਸੁਖੀ ਚਾਹਲ ਜੀ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸੁਖੀ ਚਾਹਲ ਜੀ ਵੈਸੇ ਤਾਂ ਹਿਕਲ ਤੁਸੀਂ ਵੀ ਐਂਕਰਿੰਗ ਕਰਨ ਲੱਪੇ ਹੋ ਤੇ ਐਂਕਰ ਨੂੰ ਸਵਾਲ ਕਰਨੇ ਬੜੇ ਔਖੇ ਹੁੰਦੇ ਆ ਪਹਿਲਾ ਸਵਾਲ ਇੱਕ ਤੁਸੀ ਸ਼ੁਰੂ ਕਰਦਾ ਸੁਖੀ ਚੱਲ ਜੀ ਹਾਂਜੀ ਤੁਸੀਂ ਕਹਿ ਰਹੇ ਹੋ ਮੈਂ ਕਿਸਾਨਾਂ ਦਾ ਹਮਾਇਤੀ ਹਾਂ ਕਿਸਾਨਾਂ ਦੇ ਹਮਾਇਤੀ ਤੁਸੀਂ ਹੈਗੇ ਹੋ ਖੇਤੀ ਕਰਨਾਂ ਦੇ ਵਿਰੋਧੀ ਹੈਗੇ ਹੋ ਕਿ ਨਹੀਂ ਨਹੀਂ ਮੈਂ ਕਿਸਾਨਾਂ ਦੇ ਹਮਾਇਤ ਦੇ ਵਿੱਚ ਹੈਗਾ ਸੀਗਾ ਔਰ ਅੱਗੇ ਵੀ ਰਹਾਂਗਾ ਹੈਗਾ ਜੀ ਔਰ ਇਹਦੇ ਵਿੱਚ ਜਿਹੜੇ ਕਾਨੂੰਨਾਂ ਦੀ ਵਿਰੋਧਤਾ ਹੈਗੀ ਹੈ ਡੈਫੀਨਿਟਲੀ ਉਹਦੇ ਵਿੱਚ ਬਹੁਤ ਗਲਤੀਆਂ ਹੈਗੀਆਂ ਨੇ ਗਲਤੀਆਂ ਕਰਕੇ ਤਾਂ ਹੀ ਹੁਣ ਜਿਹੜੀ ਐਮੈਂਡਮੈਂਟ ਹੋ ਰਹੀ ਹੈਗੀ ਹੈ ਤਾਂ ਹੀ ਉੱਥੇ ਕਿਸਾਨ ਸੰਘਰਸ਼ ਕਰ ਰਹੇ ਹੈਗੇ ਨੇ ਆਪਾਂ ਉਹਨਾਂ ਦੇ ਨਾਲ ਹੈਗੇ ਹਾਂ ਕਰਨ ਕੋ ਵੀ ਤੁਹਾਡੀ ਅਮਰੀਕਾ ਜਨਮ ਭੂਮੀ ਤੁਹਾਡੀ ਭਾਰਤ ਹੈ ਇੱਥੇ ਤੁਸੀਂ ਲਗਾਤਾਰ ਕਿਹੜੇ ਮਾਰਦੇ ਪਿਓ ਮਕਸਦ ਕੀ ਹੈ ਤੁਹਾਡਾ ਦੇਖੋ ਸਾਡੇ ਸਾਡੀ ਤੁਸੀਂ ਆਪ ਹੀ ਕਹਿ ਰਹੇ ਹੋਗੇ ਨਾ ਸਾਡੀ ਜਨਮ ਭੂਮੀ ਹੈਗੀ ਹੈ ਜਨਮ ਭੂਮੀ ਨਾਲ ਜੁੜਨਾ ਔਰ ਸਾਡੇ ਲੋਕਾਂ ਦੀ ਸਪੋਰਟ ਕਰਨਾ ਸਾਡਾ ਫਰਜ਼ ਬਣਦਾ ਹੈਗਾ ਆਈ ਥਿੰਕ ਇਥੋਂ ਦੇ ਲੋਕਾਂ ਨਾਲ ਜਦੋਂ ਅਸੀਂ ਬਾਹਰ ਬੈਠੇ ਹੁੰਨੇ ਹੈਗੇ ਦਿਨ ਰਾਤ ਅਸੀਂ ਇਥੋਂ ਦੇ ਬਾਰੇ ਆਪਣੇ ਜਨਮ ਭੂਮੀ ਬਾਰੇ ਸੋਚਦੇ ਹੈਗੇ ਹਾਂ ਔਰ ਜਿਨਾਂ ਕਾਸੀਂ ਹਮਾਇਤ ਕਰ ਸਕਦੇ ਹੈਗੇ ਆ ਬਾਹਰ ਬੈਠ ਕੇ ਕਰ ਰਹੇ ਹੈਗੇ ਆ ਉਹ ਤੇ ਅੱਗੇ ਵੀ ਕਰਾਂਗੇ ਸੁਖੀ ਚੈਲ ਬਾਹਰੋਂ ਜਿਹੜਾ ਵੀ ਹੁੰਦਾ ਨਾ ਉਹ ਨੂੰ ਸ਼ੱਕ ਦੀ ਨਾ ਦੇਖਿਆ ਜਾਂਦਾ ਹਾਂਜੀ ਇਹ ਬਾਹਰੋਂ ਪਤਾ ਨਹੀਂ ਕਿਉਂ ਆਇਆ ਤੇ ਸਿੰਘੂ ਬਾੜ ਤੇ ਟਿਕਰੀ ਬਾੜ ਤੇ ਕਿਉਂ ਘੁੰਮਦਾ ਪਿਆ ਦੇ ਵਿਗਿਆਨ ਭੌਂ ਦੇ ਬਾਹਰ ਕਿਉਂ ਦਿਖ ਜਾਂਦੇ ਆ ਸੁਖੀ ਚੈਲ ਤਾਂ ਕਿ ਸਵਾਲ ਉੱਠ ਰਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿ ਕਈ ਕਈ ਇਹ ਕਈ ਸਵਾਲ ਹੁੰਦੇ ਵੀ ਜਾਇਜ ਹੈਗੇ ਨੇ ਜਦੋਂ ਤੁਸੀਂ ਇਸ ਲੈਵਲ ਤੇ ਕੋਈ ਕੋਈ ਕੰਮ ਕਰ ਰਹੇ ਹੁੰਦੇ ਹੈਗੇ ਉਹ ਲੋਕਾਂ ਦਾ ਸਵਾਲ ਚੁੱਕਣਾ ਵੀ ਜ਼ਾਇਦ ਹੁੰਦਾ ਹੈਗਾ ਪਰ ਤੁਹਾਡੀ ਰਿਐਲਿਟੀ ਹੁੰਦੀ ਹੈਗੀ ਆ ਜਿਹੜੇ ਜਿਹੜੇ ਕੁਐਸਚਨਾਂ ਦਾ ਆਨਸਰ ਆਪਣੇ ਆਪ ਹੀ ਆਉਣ ਵਾਲੇ ਸਮੇਂ ਦੇ ਵਿੱਚ ਮਿਲ ਜਾਂਦਾ ਹੁੰਦਾ ਹੈਗਾ ਰਿਐਲਿਟੀ ਕੀ ਹੈ ਸੁਖੀ ਚਾਹ ਰਿਐਲਿਟੀ ਤੁਹਾਡੇ ਸਾਹਮਣੇ ਆਜੂਗਾ ਹੈ ਕਿ ਜਿੰਨਾ ਕੋਸ਼ਿਸ਼ ਹੈਗੀ ਸਾਡੇ ਆਪਣੇ ਕਨੈਕਸ਼ਨ ਹੈਗੇ ਨਹੀਂ ਮੈਂ ਡਿਨਾਈ ਨਹੀਂ ਕਰਦਾ ਹੈਗਾ ਤੁਸੀਂ ਬਾਰੀ-ਬਾਰੀ ਪਹਿਲਾਂ ਵੀ ਆਫ ਦਾ ਲਾਈਨ ਵੀ ਪੁੱਛ ਰਹੇ ਹੈਗੇ ਸੀ ਕਿ ਮੈਂ ਗਵਰਨਮੈਂਟ ਦੇ ਨਾਲ ਰਿਲੇਸ਼ਨ ਹੈਗੇ ਨਹੀਂ ਹਾਈएस्ट ਲੈਵਲ ਤੇ ਹੈਗੇ ਨਹੀਂ ਮੈਂ ਕਿ ਮੋਦੀ ਸਾਹਿਬ ਨੇ ਜਦੋਂ ਸੋਚ ਚੁੱਕੀ ਹੈਗੀ ਸੀ ਆਵਾਜ਼ ਵਨ ਆ ਹੁਣ ਮੇਰਾ ਵੀ ਫਰਜ਼ ਬਣਦਾ ਹੈਗਾ ਕਨੈਕਸ਼ਨ ਤਾਂ ਹੋਣ ਦਾ ਤਾਂ ਹੀ ਫਰਜ਼ ਬਣਦਾ ਹੁੰਦਾ ਹੈ ਜਦੋਂ ਤੁਸੀਂ ਆਪਣੇ ਭੈਣ ਭਾਈ ਦੀ ਹੈਲਪ ਕਰ ਸਕੋ ਇਸ ਕਰਕੇ ਜਨਾਕ ਮੇਰਾ ਹੋ ਸਕਦਾ ਹੈਗਾ ਮੈਂ ਆਪਣੀ ਜਿਹੜੀ ਮੈਂ ਭੂਮਿਕਾ ਨਿਭਾ ਰਿਹਾ ਹੈਗਾ ਸੁੱਖੀ ਚਾਹਲ ਨੂੰ ਸਰਕਾਰ ਦਾ ਬੰਦਾ ਮੰਨੀ ਜਾਂ ਕਿਸਾਨ ਮੰਨੀ ਦੋਨਾਂ ਦਾ ਮੰਨ ਲਓ ਜੀ ਦੋਨਾਂ ਦਾ ਸਾਂਝਾ ਕਿਵੇਂ ਮੰਨ ਲਈ ਨਹੀਂ ਉਹ ਕਿਉਂ ਨਹੀਂ ਹੋ ਸਕਦਾ ਹੈਗਾ ਜੀ ਜਿਹੜੇ ਸਰਕਾਰ ਵੀ ਉਹ ਤੁਹਾਡੀ ਹੈਗੀ ਆ ਉਹ ਸਾਡੇ ਲੋਕਾਂ ਨੇ ਇੱਥੋਂ ਇਲੈਕਟ ਕਰੀ ਹੋਈ ਹੈਗੀ ਹੈ ਔਰ ਅਸੀਂ ਹਮੇਸ਼ਾ ਜਿੰਨਾ ਕੋਸ਼ਿਸ਼ ਕਰਦਾ ਸਾਡੇ ਲੋਕਾਂ ਦੀ ਭਲਾਈ ਸਮਝਦੇ ਹੈਗੇ ਆ ਇਸ ਕਰਕੇ ਚਲੋ ਠੀਕ ਹੈ ਕਿ ਮੈਂ ਯੂਐਸ ਸਿਟੀਜ਼ਨ ਹੈਗਾ ਤੇ ਪਰ ਇਥੇ ਵੀ ਜਿਹੜੇ ਸਾਡੇ ਲੋਕੀ ਹੈਗੇ ਨੇ ਉਹਨਾਂ ਦੇ ਨਾਲ ਮਿਲ ਜੁਲ ਕੇ ਇਸ ਇਸ ਐਜੀਟੇਸ਼ਨ ਦੇ ਦੌਰਾਨ ਜੇ ਕੋਈ ਚੰਗਾ ਸੋਲੂਸ਼ਨ ਕੱਢਿਆ ਜਾ ਸਕੇ ਤੇ ਸਾਨੂੰ ਸਾਡਾ ਫਰਜ ਬਣਦਾ ਹੈਗਾ ਕਿਉਂਕਿ ਕਨੈਕਸ਼ਨ ਦਾ ਵੀ ਤਾਂ ਹੀ ਫਾਇਦਾ ਹੁੰਦਾ ਹੈ ਵੀ ਜੇ ਤੁਸੀਂ ਕੋਈ ਪੋਜੀਟਿਵਲੀ ਤੁਸੀਂ ਆਪਣੀ ਕੌਮ ਦੇ ਲਈ ਆਪਣੇ ਲੋਕਾਂ ਦੇ ਲਈ ਕੋਈ ਉਸ ਚੀਜ਼ ਦਾ ਫਰਜ ਨਿਭਾ ਸਕੋ ਔਰ ਮੇਰੇ ਕਨੈਕਸ਼ਨ ਹੋਣ ਦਾ ਵੀ ਤਾਂ ਹੀ ਫਾਇਦਾ ਹੋਊਗਾ ਮੈਂ ਡਿਨਾਈ ਨਹੀਂ ਕਰਦਾ ਹੈਗਾ ਫਿਰ ਮੈਂ ਡਿਨਾਈ ਨਹੀਂ ਕਰਦਾ ਹੈਗਾ ਇਸ ਕਰਕੇ ਜਿੰਨੀ ਖੋਲ ਸਕਦੀ ਹੈਗੀ ਆ ਮੈਂ ਆਊਟ ਆਫ ਦਾ ਵੇਅ ਜਾ ਕੇ ਮੈਂ ਕੋਈ ਪਿੱਠਵਿਸ਼ੇ ਨਹੀਂ ਕਰਦਾ ਹੈਗਾ ਮੈਂ ਸ਼ਰਿਆਮਾ ਕੇ ਕਰਦਾ ਹੈਗਾ ਤੇ ਪਹਿਲਾਂ ਤੁਮਰ ਸਾਹਿਬ ਦੀ ਜਦੋਂ ਮੈਂ ਇੰਟਰਵਿਊ ਕਰੀ ਹੈਗੀ ਸੀ ਉਸ ਸਮੇਂ ਤਾਂ ਦਿੱਲੀ ਦੇ ਵਿਚੋਂ ਦਾ ਕੋਈ ਕਿਸਾਨਾਂ ਦਾ ਕੋਈ ਮਤਲਬ ਵੀ ਨਹੀਂ ਹੈਗਾ ਸੀਗਾ ਕੋਈ ਕੋਈ ਇਹਨਾਂ ਨੇ ਕੋਈ ਕਾਲ ਵੀ ਨਹੀਂ ਦਿੱਤੀ ਹੈਗੀ ਸੀ ਤੇ ਮੈਂ ਉਦੋਂ ਮੈਂ ਉਸ ਸਮੇਂ ਦੀ ਮੇਰੀ ਜਿਹੜੀ ਗੱਲਬਾਤ ਹੈਗੀ ਸੀ ਤੁਸੀਂ ਦੇਖੀ ਹੈਗੀ ਹੈ ਲਗਾਤਾਰ ਸੰਪਰਕ ਦੇ ਵਿੱਚ ਰਹੇ ਹੈਗੇ ਆਂ ਔਰ ਕਿਸਾਨ ਯੂਨੀਅਨ ਦੇ ਸੰਪਰਕ ਜੂ ਵੀ ਰਿਹਾ ਹੈਗਾ ਮੈਂ ਟਿੱਕਰੀ ਬਾਰਡਰ ਤੇ ਵੀ ਗਿਆ ਹੈਗਾ ਮੈਂ ਸਿੰਘੂ ਬਾਰਡਰ ਤੇ ਵੀ ਗਿਆ ਹੈਗਾ ਉਹ ਸਾਰੇ ਪਰਸਨ ਨਾਲ ਗੱਲਬਾਤ ਚੱਲ ਰਹੀ ਹੈਗੀ ਹੈ ਬਿਨਾ ਡਾਇਲੌਗ ਤੋਂ ਬਿਨਾਂ ਗੱਲਬਾਤ ਤੋਂ ਕਿਸੇ ਚੀਜ਼ ਦਾ ਕੋਈ ਸੋਲੂਸ਼ਨ ਨਹੀਂ ਨਿਕਲ ਸਕਦਾ ਹੈਗਾ ਇਸ ਕਰਕੇ ਆਪਾਂ ਜਿੰਨਾ ਹੋ ਸਕਦਾ ਹੈ ਆਊਟ ਆ ਬਾਹਰ ਰਹਿ ਕੇ ਕਿਉਂਕਿ ਅਸੀਂ ਇੰਟਰਨਲ ਮੈਟਰ ਦੇ ਵਿੱਚ ਜ਼ਿਆਦਾ ਇੰਟਰਫੀਅਰ ਨਹੀਂ ਕਰ ਸਕਦੇ ਹੈਗੇ ਜਿੰਨਾ ਹੋ ਸਕਦਾ ਅਸੀਂ ਆਪਣੀ ਯੋਗਦਾਨ ਪਾ ਰਹੇ ਹੈਗੇ ਇਹਦੇ ਵਿੱਚ ਕੋਈ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਹੈਗਾ ਕੋਈ ਕਿਸੇ ਨੂੰ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਹੈਗੀ ਅਸੀਂ ਪਿੱਠ ਪਿੱਛੇ ਜਾ ਕਿਸੇ ਦਾ ਕੋਈ ਨੁਕਸਾਨ ਇਤੋਂ ਤੱਕ ਇੰਟਰਫੀਅਰੈਂਸ ਕਰ ਸਕਦੇ ਤੁਸੀਂ ਕਿਉਂਕਿ ਤੁਸੀਂ ਆਪ ਕਿਹਾ ਕਿ ਯੂ ਐਸ ਸਿਟੀਜ਼ਨ ਹੋ ਤੁਸੀਂ ਹਾਂਜੀ ਕਿੱਥੋਂ ਤੱਕ ਇੰਟਰਫੀਰੈਂਸ ਕਰ ਸਕਦੇ ਨੇ ਨਹੀਂ ਜਿਹੜਾ ਆਪਾਂ ਤੁਸੀਂ ਸੁਜੈਸ਼ਨ ਤਾਂ ਦੇ ਸਕਦੇ ਹੈਗੇ ਨਾ ਵੀ ਇਹ ਜਿਹੜੀ ਸੁਜੈਸ਼ਨ ਜਾਇਜ਼ ਹੈਗੀ ਹੈ ਜਿਹੜੀ ਬਾਹਰੋਂ ਲੋਕੀ ਹੈਗੇ ਨੇ ਤੁਸੀਂ ਉਹਨਾਂ ਦੇ ਜਿਹੜੇ ਮੈਸੇਜ ਹੈਗਾ ਹੁਣ ਬਾਹਰੋਂ ਦੇਖੋ ਬਾਹਰੋਂ ਸਿਰਫ ਇੱਥੋਂ ਦੀ ਐਜੀਟੇਸ਼ਨ ਇੱਥੋਂ ਦੀ سپورਟ ਹੋ ਰਹੀ ਹੈਗੀ ਬਾਹਰੋਂ ਵੀ ਬਹੁਤ ਲੋਕੀ سپورਟ ਕਰ ਰਹੇ ਹੈਗੇ ਨੇ ਸਾਡੇ ਸੈਂਟਰ ਸਿਸਕੋ ਦੇ ਵਿੱਚ ਜਿਹੜੀ ਇਹਨਾਂ ਨੇ ਕਾਰ ਰੈਲੀ ਕਰੀ ਹੈਗੀ ਸੀ ਘੜ ਤੋਂ 10 ਤੋਂ 12 ਜਿਹੜੀ ਕਾਰ ਰੈਲੀ ਹੋਈ ਹੈਗੀ ਸੀ ਲੋਕੀ ਆਏ ਹੈਗੇ ਸੀ ਸਾਰੇ ਹਰ ਇੱਕ ਤਰ੍ਹਾਂ ਦਾ ਜਨ ਕਿ ਹਰ ਇੱਕ ਵਰਗ ਦੇ ਉੱਤੋਂ ਲੋਕੀ ਆਏ ਹੈਗੇ ਸੀਗੇ ਛੋਟੇ ਵੱਡੇ ਬਜ਼ੁਰਗ ਬੱਚੇ ਉਹਦੇ ਵਿੱਚ ਇੰਟਰਫੇਅਰ ਕਰੇ ਹੋਗੇ ਸੀਗੇ ਉਹਦੇ ਵਿੱਚ ਪਾਰਟਿਸਿਪੇਟ ਕਰੇ ਹੋਗੇ ਸੀ ਇਸ ਕਰਕੇ ਸਾਰਿਆਂ ਦੀ ਉਹ ਹੈ ਹਮੈਤ ਹੈਗੀ ਹੈ ਅਸੀਂ ਉਹ ਹਮੈਤ ਦਾ ਇੱਕ ਹਿੱਸਾ ਹੈਗੇ ਸਰਕਾਰ ਮੰਨ ਜੂਗੀ ਦੇਖੋ ਹੁਣ ਸਰਕਾਰ ਨੂੰ ਆਪਾਂ ਫੋਰਸ ਨਹੀਂ ਕਰ ਸਕਦੇ ਹੁਣ ਸਰਕਾਰ ਤੇ ਰਿਪੈਂਡ ਕਰ ਸਕਦਾ ਹੈਗਾ ਪਰ ਜਿਸ ਹਿਸਾਬ ਨਾਲ ਚੱਲ ਰਿਹਾ ਹੈਗਾ ਵੀ ਆਈ ਏਮ ਵੈਰੀ ਸ਼ੋਰ ਕਿ ਦਾ ਕੋਈ ਅੱਛਾ ਸੋਲੂਸ਼ਨ ਨਿਕਲਦਾ ਸਰਕਾਰ ਤੱਕੰਦੀ ਨੰਬਰ ਹੈਗਾ ਤੇ ਫੋਨ ਕਰੋ ਗੱਲਬਾਤ ਕਰੋ ਤੇ ਤੁਸੀਂ ਆਪਦੀ ਇੰਟਰਵਿਊਸ ਵਿੱਚ ਇਹ ਕਹਿੰਨੇ ਹੋ ਕਿ ਸੁਖੀ ਚੈਲ ਕੋਲ ਨੰਬਰ ਹੈਗਾ ਮੋਦੀ ਸਾਹਿਬ ਦਾ ਨਹੀਂ ਸੁਖੀ ਚੈਲ ਕੋਲੇ ਨੰਬਰ ਪਹਿਲੀ ਗੱਲ ਤਾਂ ਪੀਐਮ ਦਾ ਨਹੀਂ ਹੁੰਦਾ ਹੈਗਾ ਕਿਸੇ ਕੋਲੇ ਹੈਗਾ ਜੇ ਤੁਸੀਂ ਪੀਐਮ ਦੇ ਆਫਿਸ ਦਾ ਨੰਬਰ ਹਰ ਕੋਲੇ ਹੁੰਦਾ ਹੈਗਾ ਉਹ ਰੈਸਿਓ ਕਮਾਏ ਵੀ ਹੈਗੇ ਨਹੀਂ ਅਸੀਂ ਟਾਈਮ ਟਾਈਮ ਦੇ ਉੱਤੇ ਅਸੀਂ ਜਿੰਨਾਂ ਲੋਕਾਂ ਨੂੰ ਕੰਸਰਨ ਲੋਕੀ ਹੈਗੇ ਅਸੀਂ ਮਿਲੇ ਹੈਗੇ ਹਾਂ ਔਰ ਅੱਗੇ ਵੀ ਮਿਲਾਂਗੇ ਹੈਗੇ ਇਸ ਚੀਜ਼ ਦੇ ਵਿੱਚ ਕੋਈ ਨੁਕਸਾਨ ਨਹੀਂ ਹੈਗਾ ਹਰ ਇੱਕ ਤਰ੍ਹਾਂ ਦੇ ਲੋਕਾਂ ਨਾਲ ਹਲਕ ਪੋਲੀਟਿਕਲ ਪਾਰਟੀ ਨਾਲ ਵੀ ਮਿਲਦੇ ਹੈਗੇ ਆ ਹਰ ਰਿਲੀਜੀਅਸ ਪਾਰਟੀ ਦੇ ਵੀ ਲੋਕਾਂ ਨੂੰ ਮਿਲਦੇ ਹੈਗੇ ਆ ਹਰ ਇੱਕ ਜਿਹੜਾ ਕਿਸਾਨ ਜੁਨੀਆ ਦੇ ਲੋਕਾਂ ਨੂੰ ਵੀ ਮਿਲਦੇ ਹੈਗੇ ਆ ਔਰ ਮਿਲਣਾ ਚਾਹੀਦਾ ਹੈਗਾ ਔਰ ਇਹੀ ਤੁਹਾਡੇ ਕਨੈਕਸ਼ਨ ਦਾ ਫਾਇਦਾ ਹੁੰਦਾ ਹੈਗਾ ਅਦਰਵਾਈਜ਼ ਤੁਹਾਨੂੰ ਬਹੁਤ ਲੋਕੀ ਜਾਣਦੇ ਹੁੰਦੇ ਨੇ ਜੇ ਤੁਸੀਂ ਕੋਈ ਰੋਲ ਹੀ ਨਹੀਂ ਕਮਿਊਨਿਟੀ ਲਈ ਪਲੇ ਕਰ ਸਕਦੇ ਹੈਗੇ ਫਿਰ ਤਾਂ ਉਹ ਫਿੱਟ ਹੀ ਲਾਣੇ ਤਾਂਗੇ ਜੇ ਜੇ ਸਾਰਾ ਕੁਝ ਇਹ ਸੰਘਰਸ਼ ਖੜਾ ਹੋਇਆ ਸੁਖੀ ਚੈਲ ਤੁਸੀਂ ਕੇਂਦਰ ਸਰਕਾਰ ਨੂੰ ਨਿੰਦਦੇ ਹੋ ਇਸ ਪੂਰੇ ਮੁੱਦੇ ਤੇ ਜਾ ਕਿਸਾਨ ਜਿੱਥੇ ਬੰਦੀ ਹੁੰਦੀਆਂ ਨੇ ਨੰਦਦੇ ਨਹੀਂ ਕੇਂਦਰ ਸਰਕਾਰ ਨੂੰ ਨਿੰਦਣਾ ਚਾਹੀਦਾ ਹੈ ਦੇਖੋ ਜਿਹੜੀ ਜਿਹੜੀ ਗਲਤੀ ਹੈਗੀ ਹੈ ਦੇਖੋ ਜਿਹੜੀ ਐਜੀਟੇਸ਼ਨ ਇਸ ਲੈਵਲ ਤੇ ਉੱਤੇ ਖੜੀ ਹੋਈ ਹੈਗੀ ਹੈ ਇਹ ਕੋਈ ਕੋਈ ਇਹ ਕੋਈ ਪਾਗਲ ਲੋਕ ਤਾਂ ਨਹੀਂ ਹੈਗੇ ਸੀ ਜਿਹੜੇ ਪੰਜਾਬ ਤੋਂ ਜਾ ਕੇ ਉੱਥੇ ਦਿੱਲੀ ਪਹੁੰਚ ਗਏ ਹੈਗੇ ਨਾ ਉਹਨਾਂ ਨੂੰ ਕੋਈ ਸ਼ੌਂਕ ਨੂੰ ਥੋੜੋ ਪਹੁੰਚੇ ਹੈਗੇ ਨੇ ਜੇਕਰ ਉਹਨਾਂ ਨੂੰ ਉਸ ਚੀਜ਼ ਕਾਨੂੰਨਾਂ ਦੇ ਵਿੱਚੋਂ ਕੁਝ ਗਲਤ ਲੱਗਿਆ ਹੈਗਾ ਉਹਨਾਂ ਨੂੰ ਲੱਗਿਆ ਹੈਗਾ ਵੀ ਇਹ ਕਾਨੂੰਨ ਉਹਨਾਂ ਦੇ ਲਈ ਲੌਂਗ ਟਰਮ ਵਾਸਤੇ ਇਹ ਹਾਨੀਕਾਰਕ ਹੈਗੇ ਨੇ ਉਹਨਾਂ ਨੇ ਐਜੀਟੇਸ਼ਨ ਸ਼ੁਰੂ ਕਰੀ ਹੈਗੀ ਇਸ ਕਰਕੇ ਗਲਤੀ ਤੇ ਤੁਹਾਡੀ ਆਪਣੇ ਆਪ ਹੀ ਉਹ ਸ਼ਰੇਆਮ ਜਿਹੜੀ ਸਰਕਾਰ ਦੀ ਨਜ਼ਰ ਆ ਰਹੀ ਹੈਗੀ ਆ ਵੀ ਜੇਕਰ 7-8 ਗੇੜ ਦੇ ਜਿਹੜੀ 10 ਗੇੜ ਤੋਂ ਜ਼ਿਆਦਾ ਡਾਇਲੌਗ ਹੋਈ ਹੈਗੀ ਐਮੈਂਡਮੈਂਟ ਕਰਨ ਵਾਸਤੇ ਤਿਆਰ ਹੈਗੇ ਨੇ ਐਮੈਂਡਮੈਂਟ ਸਰਕਾਰ ਤਾਂ ਹੀ ਕਰ ਰਹੀ ਹੈਗੇ ਨੇ ਵੀ ਜੇਕਰ ਉਹਦੇ ਵਿੱਚ ਕੋਈ ਖਾਮੀਆਂ ਸੀ ਸੁਖੀਚਾ ਐਮੈਂਡਮੈਂਟ ਨਾਲ ਸਹਿਮਤ ਹੈ ਹਾਂਜੀ ਹਾਂ ਐਮੈਂਡਮੈਂਟ ਦੇਖੋ ਕਈ ਚੀਜ਼ਾਂ ਹੁੰਦੀ ਹੈ ਐਮੈਂਡਮੈਂਟ ਜੇਕਰ ਕਰਕੇ ਸਾਰਾ ਕੁਸ਼ਲ ਉਹਨੂੰ ਕਾਨੂੰਨ ਨੂੰ ਵੀ ਜੇ ਜਿਸ ਤਰ੍ਹਾਂ ਸਰਕਾਰ ਕਹਿੰਦੀ ਹੈਗੀ ਸੀ ਵੀ ਉਹਨੂੰ ਉਹਤੇ ਹੋਲਡ ਤੇ ਪਾਦਨੇ ਹੈਗੇ ਆ ਜਾਂ ਨਾਟ ਸੁਪਰੀਮ ਕੋਰਟ ਸੁਪਰੀਮ ਕੋਰਟ ਪਹਿਲਾਂ ਕਹਿੰਦੀ ਹੈ ਹੋਲਡ ਤੇ ਪਾਦਨੇ ਉਸ ਬਾਅਦ ਸਰਕਾਰ ਕਹਿੰਦੀ ਹੈ ਕਿ ਹੋਲਡ ਤੇ ਰੱਖ ਦਿੰਨੇ ਆ ਪਰ ਕਿਸਾਨ ਇਸ ਨਾਲ ਸਹਿਮਤ ਨਹੀਂ ਕਿ ਸੁਖੀ ਚਾਹ ਦੇਖੋ ਉਹ ਤਾਂ ਮੈਂ ਮੈਂ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ ਹੈਗਾ ਹਾਂ ਮੈਂ ਕਿਸੇ ਨੂੰ ਫੋਰਸ ਨਹੀਂ ਕਰ ਸਕਦਾ ਕਿਉਂਕਿ ਕਿਸਾਨ ਕਹਿੰਦੇ ਹੈਗੇ ਨੇ ਉਹਨਾਂ ਨੇ ਇੱਕ ਇਹ ਕਹਿੰਦੇ ਹੈਗੇ ਨੇ ਜਿਨੀ ਦੇ ਤਿੰਨੇ ਕਾਨੂੰਨ ਉਹ ਰੱਦ ਨਹੀਂ ਹੋਣਗੇ ਉਨੀ ਦੇਰ ਤੱਕ ਸਾਡੀ ਐਜੀਟੇਸ਼ਨ ਹੀ ਐਜ਼ ਇਟ ਇਜ਼ ਰਹੇਗੀ ਪਰ ਅਸੀਂ ਵਿਚਲਾ ਡਾਇਲੌਗ ਜਿਹੜਾ ਹੈਗਾ ਜਿਹੜੇ ਐਮੈਂਡਮੈਂਟ ਕਰਵਾਏ ਹੈਗੇ ਨੇ ਜਿਹੜੀ ਉੱਥੇ ਇੰਨੀਆਂ ਮੀਟਿੰਗਾਂ ਹੋਈਆਂ ਹੈਗੀਆਂ ਉਹਦੇ ਵਿੱਚ ਕੁਝ ਲੋਕਾਂ ਦਾ ਰੋਲ ਲਿਆ ਹੋਇਆ ਹੋਏਗਾ ਹੈਗਾ ਔਰ ਮੈਂ ਮੈਂ ਨਹੀਂ ਕਹਿੰਦਾ ਵੀ ਮੇਰਾ ਇਕੱਲੇ ਦਾ ਰੋਲ ਹੈਗਾ ਹੋਰ ਬਹੁਤ ਪੋਜੀਟਿਵ ਲੋਕਾਂ ਦਾ ਰੋਲ ਲਿਆ ਆਏਗਾ ਵੀ ਔਰ ਦੋਨੋਂ ਸਾਡਾ ਸਭ ਤੋਂ ਵੱਡਾ ਕਨਸਰਨ ਹੈਗਾ ਇਹਦੇ ਵਿੱਚ ਕੋਈ ਬੈਲੈਂਸ ਨਾ ਹੋਵੇ ਤੁਹਾਨੂੰ ਬੈਕਕਾਉਂਡ ਬੀਜਪੀ ਨਾਲ ਗਵਰਨਮੈਂਟ ਨਾਲ ਗੱਲ ਕਰੋ ਜਿੰਨੇ ਜਿੰਨੇ ਸਾਡੀ ਕਮਿਊਨਿਟੀ ਦੇ ਮੇਨ ਮੇਨ ਪ੍ਰੋਮੀਨੈਂਟ ਬੰਦੇ ਹੈਗੇ ਨੇ ਜੀ ਮੈਨੂੰ ਬਹੁਤ ਲੋਕਾਂ ਦੀ ਉਹ ਇਹ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈਗੀ ਆ ਉਹ ਕਹਿੰਦੇ ਹੈਗੇ ਵੀ ਤੁਸੀਂ ਜਾਓ ਰੋਲ ਪਲੇ ਕਰੋ ਜਦੋਂ ਵੀ ਤੁਸੀਂ ਇੱਥੇ ਆਉਣੇ ਹੈਗੇ ਆ ਤੁਸੀਂ ਕੋਈ ਵੀ ਲੀਡਰ ਹੈਗਾ ਉਹਨਾਂ ਨੂੰ ਮਿਲਦੇ ਹੈਗੇ ਆ ਨਾਉ ਇਟ ਇਜ਼ ਦਾ ਟਾਈਮ ਫਾਰ ਯੂ ਟੂ ਗੋ ਬੈਕ ਬਾਰੋ ਜਿਹੜਾ ਵੀ ਹੁੰਦਾ ਉਹਨੂੰ ਕਹਿੰਦੇ ਖਾਲਸਾ ਨਹੀਂ ਆ ਗਿਆ ਕੋਈ ਗੱਲ ਨਹੀਂ ਮੈਨੂੰ ਕਹਿ ਲੈਣ ਕਿ ਤਾਂ ਕੀ ਹੈਗਾ ਜੀ ਚਲੋ ਮੈਂ ਥੋੜਾ ਦੇਖ ਲੈਣਾ ਮੈਂ ਮੈਨੂੰ ਈਵਨ ਕੇ ਖਾਲਸਤਾਨੀ ਛੱਡੋ ਮੈਨੂੰ ਕਹਿੰਦੇ ਸੀ ਇਹ ਪਾਕਿਸਤਾਨ ਦੀ ਆਈ ਉਹ মিডিਆ ਦੇ ਵਿੱਚ ਬੜਾ ਆਇਆ ਹੈਗਾ ਸੀ ਕਹਿੰਦੇ ਕਿਸਾਨਾਂ ਦੀ ਜਿਹੜੀ ਸੰਘਰਸ਼ ਨੂੰ ਇਹ ਖਰਾਬ ਕਰਨ ਵਾਸਤੇ ਆਇਆ ਹੈਗਾ ਤੁਸੀਂ ਆਪਣੇ ਆਪ ਤੁਹਾਡੇ ਰਿਜ਼ਲਟ ਤੁਹਾਡੇ ਸਾਹਮਣੇ ਹੈਗੇ ਨੇ ਮੈਂ ਚਲੋ ਮੈਂ ਥੋੜਾ ਬ੍ਰੇਕ ਲੈ ਲਾਂ ਸੁਖੀ ਚਾਲ ਇਸ ਵਾਰ ਸਾਰੇ ਸਵਾਲ ਹੋਣਗੇ ਬ੍ਰੇਕ ਤੋਂ ਵਾਪਸ ਆਵਾਂਗੇ ਸਵਾਲੇ ਵੀ ਹੋਵੇਗਾ ਕਿ ਸੁਖੀ ਚਾਲ ਦਾ ਮੋਬਾਈਲ ਹੈ ਜਿਹੜਾ ਉਹ ਕਹਿੰਦੇ ਲਈ ਜ਼ਿਆਦਾ ਵਰਤਿਆ ਜਾ ਰਿਹਾ ਹੈ ਇਹ ਸਵਾਲ ਆਪਣੇ ਵਿੱਚ ਮਤਲਬ ਪੁਰਾਣਾ ਹੈਗਾ ਬ੍ਰੇਕ ਤੋਂ ਵਾਪਸ ਆ ਕੇ ਪੁੱਛੂੰਗਾ ਇਸ ਮੋਬਾਈਲ ਦਾ ਕਨੈਕਸ਼ਨ ਹੈ ਕੀ ਹੈ ब्रेक ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਵੀਊ ਪੁਆਇੰਟ ਦੇ ਵਿੱਚ ਸੁਖੀ ਚੱਲ ਸਾਡੇ ਨਾਲ ਮੌਜੂਦ ਹੈ ਤੇ ਸੁਖੀ ਚੱਲ ਤੁਸੀਂ ਸਾਰੇ ਸਵਾਲ ਅਸੀਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਸੁਖੀ ਚੱਲ ਤੁਸੀਂ ਬ੍ਰੇਕ ਤੇ ਬ੍ਰੇਕ ਤੋਂ ਪਹਿਲਾਂ ਇੱਕ ਗੱਲ ਕਹੀ ਹੈ ਕਿ ਮੇਰੇ ਤੇ ਇਲਜ਼ਾਮ ਲੱਗਿਆ ਕਿ ਤੁਸੀਂ ਕਿਸਾਨ ਸੰਘਰਸ਼ ਨੂੰ ਖਰਾਬ ਕਰਨ ਆਏ ਹੋ ਮੈਂ ਬ੍ਰੇਕ ਲਈਤੀ ਸੀ ਮੋਬਾਈਲ ਦਾ ਕਨੈਕਸ਼ਨ ਕਹਿ ਕੇ ਤੁਹਾਡੇ ਮੋਬਾਈਲ ਦੇ ਉੱਤੇ ਤੁਹਾਡਾ ਟਵਿੱਟਰ ਅਕਾਊਂਟ ਹੈ ਤੁਹਾਡੇ ਇੰਸਟਾ ਅਕਾਊਂਟ ਹੈ ਹੋਰ ਸਾਰੇ ਅਕਾਊਂਟ ਹੈ ਉਹਦਾ ਡਾਟਾ ਤੁਸੀਂ ਕਿਸਾਨ ਸੰਘਰਸ਼ ਨੂੰ ਖਰਾਬ ਕਰਨ ਲਈ ਵਰਤੇਦੇ ਪਏ ਹੋ ਤੁਹਾਡੇ ਤੇ ਇਲਜ਼ਾਮ ਵੀ ਲੱਗਦਾ ਪਿਆ ਕਿਉਂਕਿ ਤੁਸੀਂ ਖਾਲਸਾ ਏਡ ਰਵੀ ਖਾਲਸਾ ਹਰੀ ਜਿਹੜਾ ਇਸ ਕਿਸਾਨ ਸੰਘਰਸ਼ ਦੇ ਵਿੱਚ ਯੋਗਦਾਨ ਪਾ ਰਹੇ ਤੁਸੀਂ ਉਹਨਾਂ ਤੇ ਸਵਾਲ ਚੁੱਕਦੇ ਪਏ ਹੋ ਦੇਖੋ ਮੈਂ ਖਾਲਸਾ ਏਡ ਤੇ ਕਦੀ ਵੀ ਸਵਾਲ ਨਹੀਂ ਚੁੱਕਿਆ ਹੈ ਔਰ ਨਹੀਂ ਚੁੱਕਣ ਦੀ ਜ਼ਰੂਰਤ ਹੈਗੀ ਉਹਨਾਂ ਨੇ ਬਹੁਤ ਚੰਗਾ ਕੰਮ ਕਰਿਆ ਹੈਗਾ ਮੇਰਾ ਸਿਰਫ ਜਿਹੜਾ ਕੁਐਸਚਨ ਹੈਗਾ ਸੀਗਾ ਰਵੀ ਸਿੰਘ ਹੋਰਨ ਤੇ ਵੀ ਜਿਹੜਾ ਇੱਕ ਸਪੈਸਿਫਿਕ ਗਰੁੱਪ ਨੂੰ ਜਿਸ ਤਰ੍ਹਾਂ ਦੀਪ ਸਿੱਧੂ ਗਰੁੱਪ ਨੂੰ ਉਹਨਾਂ ਨੂੰ ਉਹਨਾਂ ਨੂੰ ਇਹ ਇਹ ਪ੍ਰੋਜੈਕਟ ਕਰਨਾ ਹੈਗਾ ਵੀ ਇਹ ਨੌਜਵਾਨ ਇਹਨਾਂ ਦੇ ਨਾਲ ਹੈਗੇ ਨੇ ਉਹਨਾਂ ਦੀ ਲਗਾਤਾਰ ਸਪੋਰਟ ਕਰਨਾ ਹੈਗਾ ਆਈ ਥਿੰਕ ਜਿਹੜੀ ਕਿਸਾਨ ਜੁਨੀਅਨ ਦੇ ਵਿੱਚ ਇੱਕ ਫੁੱਟ ਦਾ ਫੁੱਟ ਪੈ ਸਕਦੀ ਹੈਗੀ ਉਸ ਚੀਜ਼ ਦੇ ਨਾਲ ਉਸ ਚੀਜ਼ ਨੂੰ ਮੈਂ ਉਹ ਕਰ ਰਿਹਾ ਹੈਗਾ ਸੀਗਾ ਉਹ ਦੂਜੀ ਗੱਲ ਮੈਂ ਇਹ ਕਹਿੰਦਾ ਹੈਗਾ ਸੀ ਵੀ ਦੇਖੋ ਜਿਹੜੀ ਖਾਲਸਾ ਈਡ ਨੂੰ ਜਿਹੜੀ ਸਪੋਰਟ ਮਿਲੀ ਹੈਗੀ ਬਾਹਰੋਂ ਇਸ ਟਾਈਮ ਦੇ ਉੱਤੇ ਉਹਨਾਂ ਨੂੰ ਪਿਛਲੇ ਵੀ ਜਿਹੜਾ 150 ਕਰੋੜ ਰੁਪਈਆ ਇਕੱਠਾ ਹੋਇਆ ਸੀ ਉਹ ਪੰਜਾਬ ਦੇ ਵਿੱਚ ਲੋਕਾਂ ਦੀ ਹੜਾਂ ਦੀ ਮਾਰ ਦੇ ਦੌਰਾਨ ਉਹ ਜਿਹੜਾ ਪੈਸਾ ਹੈਗਾ ਥਿਸ ਇਜ਼ ਅ ਟਾਈਮ ਕਿ ਉਹਨਾਂ ਨੂੰ ਲੋਕਾਂ ਨੂੰ ਕੰਟਰੀਬਿਊਟ ਕਰ ਦੇਣਾ ਚਾਹੀਦਾ ਭੇਜ ਦੇਣਾ ਚਾਹੀਦਾ ਹੈਗਾ ਔਰ ਜਿਹੜੀ ਇੰਨੀ ਡੋਨੇਸ਼ਨ ਬਾਹਰ ਆਈ ਹੈਗੀ ਆ ਹੁਣ ਜਿਹੜੇ ਉੱਥੇ ਬਾਰਡਰਾਂ ਤੇ ਬੈਠੇ ਹੈਗੇ ਨੇ ਜਿਹੜੇ ਟਰਾਲੀਆਂ ਤੇ ਬੈਠੇ ਹੈਗੇ ਨੇ ਉਹਨਾਂ ਨੂੰ ਉਹਨਾਂ ਨੂੰ ਇਸ ਚੀਜ਼ ਦੀ ਪੈਸੇ ਦੀ ਜਰੂਰਤ ਹੈਗੀ ਆ ਉਹਨਾਂ ਨੂੰ ਜਰੂਰ ਕਰਨਾ ਚਾਹੀਦਾ ਹੈਗਾ ਉਹ ਟਰਾਂਸਪਰੈਂਸੀ ਹੋਣੀ ਚਾਹੀਦੀ ਹੈਗੀ ਉਹਦੇ 'ਚ ਕੋਈ ਨੁਕਸਾਨ ਨਹੀਂ ਹੋਏਗਾ ਜਿਹੜੀ ਗੱਲ ਜਾਇਜ਼ ਹੈਗੀ ਹੈ ਆਪਾਂ ਨੂੰ ਜਾਇਜ਼ ਕਹਿਣੀ ਚਾਹੀਦੀ ਹੈਗੀ ਬਜਾਏ ਕਿ ਤੁਸੀਂ ਇਹ ਪੁੱਲੀਆਂ ਪੁੱਲੀਆਂ ਗੱਲਾਂ ਕਰੋ ਹੈਗੇ ਠੋਕੇ ਹਰ ਇੱਕ ਬੰਦੇ ਨੂੰ ਨਹੀਂ ਤੁਸੀਂ ਜ ਦੇਖੋ ਉਹ ਤਾਂ ਜਦੋਂ ਵੀ ਕੋਈ ਬੋਲਾਂਗੇ ਹੈਗੇ ਅੱਜ ਪਹਿਲੀ ਵਾਰੀ ਨਹੀਂ ਵਿਆਹੋ ਕਰਦੇ ਹੈਗੇ ਨਾ ਉਹ ਤਾਂ ਘੱਟੋ ਘੱਟ 25 30 ਸਾਲ ਹੋ ਗਏ ਮੈਨੂੰ 27 ਸਾਲ ਹੋ ਗਏ ਉੱਥੇ ਰਹਿੰਦੇ ਨੂੰ ਅਮਰੀਕਾ ਦੇ ਵਿੱਚ ਉਹ ਤੁਸੀਂ 27 ਸਾਲ ਹੋ ਗਏ ਉਹ ਤਾਂ ਜਿਹੜੇ ਬੰਨਾਂ ਨੇ ਇਲਜ਼ਾਮ ਲਾਉਣੇ ਹੈਗੇ ਨੇ ਗਰਾਊਂਡ ਤੇ ਜਾ ਕੇ ਤੁਸੀਂ ਸਿਲੀਕਨ ਵੈਲੀ ਦੇ ਵਿੱਚ ਜਾ ਕੇ ਪੁੱਛ ਲਓਗੇ ਕਿ ਮੈਂ ਕਿੰਨਾ ਕੁ ਬੰਦੇ ਕਿਹੜੇ ਕਿਹੜੇ ਏਜੰਸੀਆਂ ਦੇ ਬੰਦੇ ਹੈਗੇ ਨੇ ਔਰ ਕਈ ਵਾਰੀ ਹੁੰਦਾ ਜਦੋਂ ਤੁਸੀਂ ਏਜੰਸੀਆਂ ਦੇ ਤਾਂ ਕਹਿੰਦੇ ਹੈਗੇ ਨੇ ਵੀ ਇਹ ਅਫਸਰਾਂ ਨੂੰ ਮਿਲਦੇ ਹੈਗੇ ਨੇ ਉੱਥੇ ਲੋਕਾਂ ਨੂੰ ਮਿਲਦੇ ਨੇ ਲੀਡਰਾਂ ਨੂੰ ਮਿਲਦੇ ਹੈਗੇ ਨੇ ਉਹਨਾਂ ਨੂੰ ਬਿਨਾਂ ਮਿਲੇ ਤਾਂ ਕੋਈ ਕੀ ਕੋਈ ਫੈਕਟ ਹੈਗੇ ਤੁਹਾਡੇ ਕੋਲ ਰਵੀ ਸਿੰਘ ਹਰਤੇ ਜਿਹੜੇ ਤੇ ਇਲਜ਼ਾਮ ਲਾ ਰਹੇ ਹੋ ਮੈਂ ਇਲਜ਼ਾਮ ਲਾ ਹੀ ਨਹੀਂ ਰਿਹਾ ਮੈਂ ਤੇ ਜਿਹੜੀ ਜਾਇਜ਼ ਗੱਲ ਹੈਗੀ ਆ ਮੈਂ ਤਾਂ ਉਹ ਕਹਿ ਰਿਹਾ ਹੈਗਾ ਵੀ ਉਹਨਾਂ ਨੂੰ ਤੁਸੀਂ ਪੁੱਛ ਲਓ 150 ਕਰੋੜ ਰੁਪਏ ਇਕੱਠਾ ਹੋਇਆ ਹੈਗਾ ਜਿਹੜਾ ਹੜਾਂ ਦੇ ਦੌਰਾਨ ਉਹ ਆਪ ਕਹਿੰਦੇ ਹੈਗੇ ਨੇ ਕਿ ਪੰਜਾਬ ਦੇ ਲੋਕਾਂ ਨੂੰ 150 ਕਰੋੜ ਰੁਪਏ ਆ ਗਏ ਹੈਗਾ ਅੱਜ ਕੱਲ ਜਿਹੜੀ ਜਿਹੜੀ ਐਜੀਟੇਸ਼ਨ ਚੱਲੀ ਹੈਗੀ ਉਹਦੇ ਦੌਰਾਨ ਐਨੀ ਡੋਨੇਸ਼ਨ ਇਕੱਠੀ ਹੋਈ ਹੈਗੀ ਮੈਂ ਕਹਿੰਦਾ ਮੈਂ ਤਾਂ ਰਿਕਵੈਸਟ ਕਰਦਾ ਹੈ ਕਿ ਮੈਂ ਇਹ ਵੀ ਨਹੀਂ ਕਹਿੰਦਾ ਹੈਗਾ ਵੀ ਉਹਨਾਂ ਨੂੰ ਐ ਕਰਨਾ ਚਾਹੀਦਾ ਬਾਹਰ ਕਰਨਾ ਚਾਹੀਦਾ ਕਿ ਮੇਰੀ ਆਦਤ ਨਹੀਂ ਕਿਸੇ ਬੰਦੇ ਨੂੰ ਹਾਂਜੀ ਸ਼ੱਕ ਕਿਉਂ ਤੁਹਾਨੂੰ ਉਹਨਾਂ ਤੇ ਨਹੀਂ ਮੈਂ ਸ਼ੱਕ ਵੀ ਨਹੀਂ ਕਰ ਰਿਹਾ ਹੈਗਾ ਮੈਂ ਚਾਹੁੰਦਾ ਹੈਗਾ ਵੀ ਦੇਖੋ ਖਾਲਸਾ ਆਈਡ ਦਾ ਇੱਕ ਬਹੁਤ ਵੱਡਾ ਨਾਮ ਹੈਗਾ ਉਹਨਾਂ ਨੇ ਬਹੁਤ ਚੰਗਾ ਕੰਮ ਕਰਿਆ ਉਹਦੇ ਨਾਲ ਹਜ਼ਾਰਾਂ ਲੋਕੀ ਜੁੜੇ ਹੋਏ ਹੈਗੇ ਨੇ ਐਜ਼ ਅ ਵਲੰਟੀਅਰ ਤਾਂ ਕਰਕੇ ਆਪਣੀ ਇੱਕ ਜਿਹੜੀ ਆਰਗੇਨਾਈਜੇਸ਼ਨ ਖੜੀ ਹੋਈ ਹੈਗੀ ਆ ਉਹਦੇ ਵਿੱਚ ਕੋਈ ਐਦਾਂ ਦਾ ਨਾ ਹੋਵੇ ਉਹਦੇ ਵਿੱਚ ਵੀ ਲੋਕੀ ਕੁਐਸਚਨ ਖੜੇ ਕਰਨ ਜਦੋਂ ਵੀ ਉਹ ਆਪ ਕਹਿੰਦੇ ਹੈਗੇ ਦੇ ਕੋਈ ਕੰਸਟਰਕਟਿਵ ਕ੍ਰਿਟਿਕਿਜ਼ਮ ਕਰਨ ਦਾ ਕੋਈ ਮਾੜੀ ਗੱਲ ਨਹੀਂ ਹੁੰਦੀ ਹੈਗੀ ਇਸ ਕਰਕੇ ਕਿਉਂਕਿ ਇੱਕ ਬਹੁਤ ਵੱਡੀ ਆਰਗੇਨਾਈਜੇਸ਼ਨ ਹੈਗੀ ਹੈ ਇਹਨੂੰ ਬਜਾਏ ਕਿ ਕੋਈ ਇਹ ਕਹੇ ਵੀ ਇਹ ਅਤਵਾਦੀ ਆਰਗੇਨਾਈਜੇਸ਼ਨ ਹੈਗੀ ਹੈ ਜਾਂ ਟੈਰਰਿਸਟਾਂ ਦੀ ਹੈਗੀ ਹੈ ਉਹ ਗਲਤ ਗੱਲ ਹੈਗੀ ਹੈ ਜੇਕਰ ਉਹਦੇ ਖਾਮੀਆਂ ਹੋਣਗੀਆਂ ਆਪਾਂ ਉਹਨੂੰ ਪੂਰੀਆਂ ਕਰ ਸਕਦੇ ਹੈਗੇ ਤੁਹਾਨੂੰ ਖਾਮੀਆਂ ਲੱਗਦੀਆਂ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਹੈਗੇ ਵੀ ਖਾਮੀਆਂ ਲੱਗਦੀਆਂ ਹੈਗੇ ਨਹੀਂ ਪਰ ਕੁਝ ਲਿਮਿਟੇਸ਼ਨ ਹੈਗੀ ਹੈ ਨਾ ਉਹਦੇ ਵਿੱਚੋਂ ਦੇਖੋ ਉਹਨਾਂ ਨੇ ਜਿਹੜੀ ਉੱਥੇ ਜੇ 150 ਕਰੋੜ ਰੁਪਈਆ ਹੜਾਂ ਦੇ ਵਿੱਚ ਉਹ ਜਿਹੜਾ ਹੋਇਆ ਹੈਗਾ ਸੀ ਇਕੱਠਾ ਹੋਇਆ ਹੈਗਾ ਸੀਗਾ ਉਹ ਨਹੀਂ ਇੱਥੇ ਪੰਜਾਬ ਵਿੱਚ ਪਹੁੰਚਿਆ ਹੈਗਾ ਕਿਉਂਕਿ ਉਹਨਾਂ ਕੋਲ ਐਫਸੀਆਰ ਨੰਬਰ ਨਹੀਂ ਹੈਗਾ ਬਾਕੀ ਜਿਹੜਾ ਉਹਨਾਂ ਨੇ ਰਵੀ ਸਿੰਘ ਦੇ ਉਹ ਤੁਸੀਂ ਸ਼ੋਰ ਐਫਸੀਆਰ ਨੰਬਰ ਨਹੀਂ ਹੈਗਾ ਉਹਨਾਂ ਕੋਲ ਮੈਂ 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 100% ਸ਼ੋਰ ਹੈਗਾ ਕਿ ਬਾਕੀ ਤੁਸੀਂ ਇੱਕ ਟਵੀਟ ਵੀ ਕੀਤਾ ਸੀਗਾ ਮੈਂ ਟਵੀਟ ਵੀ ਕਰਿਆ ਹੈਗਾ ਬਾਕੀ ਬਾਕੀ ਰਵੀ ਸਿੰਘ ਨਹੀਂ ਕਰਦੇ ਕਿਉਂ ਉਹ ਹੁਣ ਤੁਸੀਂ ਇਹ ਗੱਲ ਤਾਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਜਿਹੜੇ ਤੁਸੀਂ ਯਾਰੋ ਸਾਹਮਣੇ ਬਿਠਾਦਾ ਮੈਂ ਇੱਥੇ ਜਸਪੀ ਪੰਜਾਬੀ ਮੈਂ ਕਹਿੰਦਾ ਤੁਸੀਂ ਜਿਮਰਜੀ ਇੱਥੇ ਜਦੋਂ ਮਰਜੀ ਕਾਲ ਕਰੋ ਮੈਂ ਤਾਂ ਲੰਡਨ ਜਾਣ ਵਾਸਤੇ ਤਿਆਰ ਹਾਂ ਸੁੱਖੇ ਚੱਲ ਭਜਾਂਗੇ ਤਾਂ ਨਹੀਂ ਮੈਂ ਕਦੇ ਨਹੀਂ ਭਜੂਗਾ ਮੈਂ ਲੰਡਨ ਜਾਣ ਵਾਸਤੇ ਤਿਆਰ ਹਾਂ ਤੁਸੀਂ ਇੱਥੇ ਛੱਡੋ ਮੈਂ ਲੰਡਨ ਜਾਣ ਵਾਸਤੇ ਤਿਆਰ ਹਾਂ ਮੈਂ ਗੁਰਦੁਆਰਾ ਸਾਊਥ ਹਾਲ ਦੇ ਵਿੱਚ ਉੱਥੇ ਜਾਣ ਵਾਸਤੇ ਤਿਆਰ ਹਾਂ ਇੱਕ ਵਾਰੀ ਲੋਕਡਾਊਨ ਹੋਵੇ ਕਿਉਂਕਿ ਇਹ ਮਸਲਾ ਬਹੁਤ ਵੱਡਾ ਹੈਗਾ ਔਰ ਪਿੱਛੇ ਜਿਹੜੇ ਜਿਹੜੇ ਕਈ ਚੀਜ਼ਾਂ ਹੋਈਆਂ ਹੈਗੀਆਂ ਨੇ ਇਹ ਵੀ ਦੇਖੋ ਜਿਹੜੇ ਸ਼ਹੀਦ ਪਰਿਵਾਰ ਰਵੀ ਸਿੰਘ ਹਰਿਆ ਨੂੰ ਉਹ ਵੀ ਜਸਟੀਫਾਈ ਕਰ ਦੇਣਾ ਚਾਹੀਦਾ ਹੈਗਾ ਵੀ ਦੇਖੋ ਇੱਥੇ ਬਹੁਤ ਪਰਿਵਾਰ ਹੈਗੇ ਨੇ ਕਿਉਂਕਿ ਕੁਝ ਲੋਕੀ ਹੁੰਦੇ ਹੈਗੇ ਨੇ ਇੱਥੇ ਉਹ ਪਰਿਵਾਰਾਂ ਨੂੰ ਉਹ ਜ਼ਰੂਰਤ ਹੁੰਦੀ ਹੈਗੀ ਉਹਨਾਂ ਦੇ ਨਾਂ ਤੇ ਬਾਹਰ ਪੈਸਾ ਇਕੱਠਾ ਹੁੰਦਾ ਹੈਗਾ ਉਹ ਇੱਥੇ ਆਉਂਦਾ ਨਹੀਂ ਹੈਗਾ ਓਨ ਇਵਨ ਕਿ ਕਿਸਾਨ ਐਜੀਟੇਸ਼ਨ ਦੇ ਦੌਰਾਨ ਵੀ ਬਹੁਤ ਬਹੁਤ ਰੌਲਾ ਪੈ ਰਿਹਾ ਹੈਗਾ ਪੈਸੇ ਦਾ ਰੌਲਾ ਪੈ ਰਿਹਾ ਹੈਗਾ ਔਰ ਇਹਦੇ ਉੱਤੇ ਜੇ ਕੋਈ ਕੁਐਸਚਨ ਨਹੀਂ ਉਠਾਊਗਾ ਹੈਗਾ ਤੇ ਸਾਰਾ ਫਿਰ ਤੋਂ ਦੁਕਾਨਦਾਰੀਆਂ ਸ਼ੁਰੂ ਹੋ ਜਾਣਗੀਆਂ ਨਹੀਂ ਕਿਸਾਨ ਜਥੇਬੰਦੀਆਂ ਤੇ ਸਵਾਲ ਹੈ ਤੁਹਾਨੂੰ ਨਹੀਂ 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 ਮੈਨੂੰ ਮੈਂ ਕਦੇ ਕਿਸਾਨ ਜਥੇਬੰਦੀਆਂ ਤੇ ਨਹੀਂ ਮੈਂ ਕਿਸਾਨ ਐਜੀ ਬਾਰ ਕਿਹੜੇ ਕਿਹੜੇ ਨਾਮ ਲੈ ਕੇ ਇਹ ਹੁਣ ਆਪਾਂ ਇਹ ਮੈ ਸਪੈਸਿਫਿਕ ਦਾ ਕਿਸੇ ਦਾ ਨਾਂ ਨਹੀਂ ਹੈਗਾ ਵੀ ਇਵਨ ਕਿ ਜਿਹੜਾ ਪਿੱਛੇ ਕੁਐਸਚਨ ਹੋਇਆ ਹੈਗਾ ਸੀ ਜਿਹੜੇ ਲੋਕੀ ਮੁੰਡੇ ਹੈਗੇ ਸੀ ਆਪਣੇ ਅੰਦਰ ਹੈਗੇ ਸੀ ਉਹਨਾਂ ਦੇ ਨਾਂ ਦੇ ਉੱਤੇ ਵੀ ਪੈਸੇ ਇਕੱਠੇ ਕਰੀ ਜਾਂਦੇ ਹੈਗੇ ਸੀ ਕਹਿੰਦੇ ਸਾਨੂੰ ਲੀਗਲ ایڈ ਵਾਸਤੇ ਉਹਨਾਂ ਨੂੰ ਸਾਨੂੰ ਵਕੀਲ ਹਾਇਰ ਕਰਨੇ ਹੈਗੇ ਨੇ ਪਰ ਸਾਨੂੰ ਪਤਾ ਚੱਲੇ ਹੈਗੇ ਵੀ ਉਹ ਵਕੀਲ ਤਾਂ ਕੋਈ ਪੈਸਾ ਨਹੀਂ ਲੈ ਰਹੇ ਹੈਗਾ ਪਰ ਬਾਹਰ ਉੱਥੇ ਫੰਡਿੰਗ ਇਕੱਠੀ ਹੋ ਰਹੀ ਹੈਗੀ ਹੈ ਉਹ ਕੌਣ ਕਰ ਰਿਹਾ ਕਿਵੇਂ ਕਰ ਰਿਹਾ ਉਹਦੀ ਉਹਦੀ ਅਕਾਉਂਟੇਬਿਲਟੀ ਬਹੁਤ ਜ਼ਰੂਰੀ ਹੈਗੀ ਹੈ ਵੀ ਜੇਕਰ ਜਿਹੜੀ ਵੱਡੀ ਆਰਗੇਨਾਈਜੇਸ਼ਨ ਹੈ ਉਹ ਆਪਣੇ ਆਪ ਹੀ ਤੁਹਾਨੂੰ ਕਿਤੇ ਚਿੰਤਾ ਹੈ ਤਾਂ ਨਹੀਂਗਾ ਕਿਤੇ ਰਵੀ ਸਿੰਘ ਹਰਣ ਨੂੰ ਨੋਬਲ ਪੀਸ ਅਵਾਰਡ ਨਾ ਮਿਲ ਜਾਵੇ ਮੈਂ ਤਾਂ ਕਹਿਣਾ ਵੀ ਸਭ ਤੋਂ ਵੱਡੀ ਮਾਣ ਦੀ ਗੱਲ ਹੋਊਗੀ ਕਿਸੇ ਸਿੱਖ ਨੂੰ ਮਿਲੂਗੀ ਹੈਗਾ ਮੈਨੂੰ ਉਹਦੇ ਵਿੱਚ ਮੈਂ ਮੈਂ ਕਿਸੇ ਦਾ ਕਿਉਂ ਉਹ ਕਰੂੰਗਾ ਹੈਗਾ ਨਾ ਉਹਨਾਂ ਨੇ ਦੇਖੋ ਘੱਟ ਤੋਂ ਘੱਟ 20 ਸਾਲ ਹੋ ਗਏ ਉਹਨਾਂ ਨੇ ਮਿਹਨਤ ਕੀਤੀ ਹੈਗੀ ਹੈ ਮਿਹਨਤ ਕਰਨ ਤੋਂ ਬਾਅਦ ਸਿੱਖਾਂ ਦਾ ਨਾਮ ਬਣਿਆ ਹੈਗਾ ਪਰ ਜਿਹੜੀਆਂ ਜਿਹੜੇ ਕੁਐਸਚਨ ਮਾਰਕ ਖੜੇ ਹੋ ਰਹੇ ਹੈਗੇ ਨੇ ਉਹਨਾਂ ਨੂੰ ਵੀ ਐਡਰੈਸ ਕਰਨਾ ਬਹੁਤ ਜ਼ਰੂਰੀ ਹੈਗਾ ਕਿਉਂਕਿ ਲੋਕਾਂ ਨੇ ਲੋਕਾਂ ਨੇ ਉਹਨਾਂ ਦਾ ਮੇਨ ਹੈਗਾ ਸੀਗਾ ਉਹਨਾਂ ਲੰਗਰ ਦੀ ਜਿਹੜੀ ਪ੍ਰਥਾ ਹੈਗੀ ਸੀ ਉਹਦੇ ਨਾਲ ਕਨੈਕਟਡ ਹੈਗੀ ਹੈ ਜਦੋਂ ਤੁਸੀਂ ਰਵੀ ਸਿੰਘ ਦਾ ਹੈਗਾ ਵੀ ਉਸ ਚੀਜ਼ ਤੋਂ ਹਟ ਕੇ ਜਿਹੜੀ ਇਹ ਕਿਸਾਨ ਐਜੀਟੇਸ਼ਨ ਦੇ ਦੌਰਾਨ ਰਵੀ ਸਿੰਘ ਦਾ ਅਰਬੀ ਸਿੱਧੂ ਦੀ ਸਟੈਂਡ ਲੈਣਾ ਹੈਗਾ ਲੱਖੇ ਸੁਧਾਨੇ ਦਾ ਸਟੈਂਡ ਲੈਣਾ ਹੈਗਾ ਔਰ ਕਿਸਾਨ ਜੂਨੀਅਨ ਨੂੰ ਵਾਰੀ-ਵਾਰੀ ਜਿਸ ਤਰ੍ਹਾਂ ਆਪਾਂ ਕਹਿਣਾ ਹੁੰਦਾ ਹੈਗਾ ਵੀ ਤੁਹਾਨੂੰ ਇਹ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਹੈਗਾ ਆਈ ਥਿੰਕ ਉਹ ਥੋੜਾ ਔਖਾ ਹੁੰਦਾ ਹੈਗਾ ਕਿਉਂਕਿ ਇਹਦਾ ਮਤਲਬ ਤੁਸੀਂ ਆਪਾਂ ਉਹਨਾਂ ਦੀ ਕਿਸਾਨ ਲੀਡਰਸ਼ਿਪ ਦੇ ਉੱਤੇ ਕੁਐਸਚਨ ਕਰਦੇ ਹੈਗੇਂ ਵੀ ਉਹਨਾਂ ਨੂੰ ਨਹੀਂ ਪਤਾ ਹੈਗਾ ਕਿਉਂਕਿ ਕਿਸਾਨ ਲੀਡਰਸ਼ਿਪ ਨੂੰ ਬਹੁਤ ਜ਼ਿਆਦਾ ਕੰਪੀਟੈਂਟ ਲੀਡਰਸ਼ਿਪ ਹੈਗੀ ਹੈ ਜਿਹੜੀ ਲੀਡਰਸ਼ਿਪ ਐਡੇ ਵੱਡੇ ਐਜੀਟੇਸ਼ਨ ਨੂੰ ਇਸ ਲੈਵਲ ਤੱਕ ਪੀਸਫੁਲੀ ਲੈ ਕੇ ਜਾ ਜਾ ਸਕਦੀ ਹੈਗੀ ਹੈ ਉਹਨਾਂ ਨੂੰ ਪਤਾ ਹੈਗਾ ਵੀ ਕਿਹਦੇ ਵਿੱਚ ਖਮੀਆਂ ਨੇ ਕਿ ਇਹਨੂੰ ਨਾਲ ਲੈਣਾ ਹੈ ਕਿਉਂ ਲੈਣਾ ਹੈ ਕਦੋਂ ਲੈਣਾ ਹੈਗਾ ਆਪਾਂ ਬਾਹਰ ਬੈਠ ਕੇ ਕੋਈ ਆਪਾਂ ਕਹੀ ਜਾਏ ਵੀ ਤੁਹਾਨੂੰ ਐਦਾਂ ਕਰਨਾ ਚਾਹੀਦਾ ਹੈ ਇਹ ਨਹੀਂ ਕਰਨਾ ਚਾਹੀਦਾ ਹੈਗਾ ਉਹ ਮਾੜੀ ਗੱਲ ਹੈਗੀ ਤੁਹਾਨੂੰ ਲੱਗਦਾ ਕਿ ਰਵੀ ਸਿੰਘ ਅਰੀ ਸਲਾਹ ਕਰ ਬੰਦੇ ਪਏ ਡੈਫੀਨਿਟਲੀ ਡੈਫੀਨਿਟਲੀ ਉਹਨਾਂ ਦਾ ਉਹਨਾਂ ਦਾ ਮਕਸਦ ਕੀ ਹੋ ਸਕਦਾ ਉਹ ਤਾਂ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਪੁੱਛ ਸਕਦੇ ਹੈਗੇ ਨਾ ਹੁਣ ਦੇਖੋ ਉਹਨਾਂ ਦੀ ਲਗਾਤਾਰ ਉਹਨਾਂ ਦੇ ਨਾਲ ਦੀਪ ਸਿੱਧੂ ਦੇ ਨਾਲ ਉਹਨਾਂ ਦੀ ਵੀਡੀਓ ਕਾਲਾਂ ਹੁੰਦੀਆਂ ਹੈਗੀਆਂ ਨੇ ਲਗਾਤਾਰ ਉਹਨੇ ਸੋਸ਼ਲ ਮੀਡੀਆ ਤੇ ਪਾਇਆ ਹੈਗਾ ਲਗਾਤਾਰ ਉਹਨੇ ਇਹ ਸਪੋਰਟ ਜਿਹੜੀ ਹੈਗੀ ਹੈ ਲੱਖਾਂ ਸਨਾਨਾ ਤੇ ਹਰਦੀਪ ਸਿੱਧੂ ਨੂੰ ਕਰੀ ਜਾਂਦੇ ਕਰਦੇ ਹੈਗੇ ਨੇ ਇਸ ਕਰਕੇ ਵੀ ਉਹ ਜਿਹੜੀ ਜਿਹੜੀ ਚੀਜ਼ ਹੈਗੀ ਆ ਉਹ ਇੱਕ ਫੁੱਟ ਦਾ ਸ਼ਕਾਰ ਬਣੇਗੀ ਉਹ ਇੱਕ ਇੱਕ ਪ੍ਰੋਜੈਕਟ ਕਰਦੇ ਹੈਗੇ ਨੇ ਵੀ ਇਹ ਜਿਹੜੇ ਜੂਥ ਹੈਗੇ ਨੇ ਇਹਦੇ ਨਾਲ ਦੀਪ ਸਿੱਧੂ ਦੇ ਨਾਲ ਹੈਗੇ ਨੇ ਜਿਹੜੀ ਕਿ ਇਹ ਗਲਤ ਗੱਲ ਹੈਗੀ ਆ ਕਿਉਂਕਿ ਮੈਂ ਟਿਕਰੀ ਬਾਰਡਰ ਤੇ ਮੈਂ ਵੀ ਰਹਿਣਾ ਹੈਗਾ ਮੈਂ ਸਿੰਗੂ ਬਾਰਡਰ ਤੇ ਵੀ ਹੈਗਾ ਮੈਂ ਲੋਕਾਂ ਨੂੰ ਮਿਲਿਆ ਵੀ ਹੈਗਾ ਉਹ ਗਲਤ ਗੱਲ ਹੈਗੀ ਉਹ ਜਿਹੜੀ ਪ੍ਰੋਜੈਕਟ ਕਰਨਾ ਹੈਗਾ ਸੋਸ਼ਲ ਮੀਡੀਆ ਤੇ ਇੱਕ ਨੈਰੇਟਿਵ ਬਣਾਉਣਾ ਹੈਗਾ ਵੀ ਇਹ ਜਿਹੜੇ ਕਿਸਾਨ ਜੁਨੀਅਰ ਦੇ ਵਾਲੇ ਜਿਹੜੀ ਲੀਡਰਸ਼ਿਪ ਹੈਗੀ ਹੈ ਇਹਨਾਂ ਦੇ ਨਾਲ ਮੈਚ्योर ਲੋਕ ਨੇ ਜਾਂ ਵੱਡੇ ਲੋਕ ਹੈਗੇ ਨੇ ਜਾਂ ਜਿਹੜੇ ਬਜ਼ੁਰਗ ਲੋਕ ਹੈਗੇ ਨੇ ਔਰ ਜਿਹੜਾ ਦੀਪ ਸਿੱਧੂ ਹੈਗਾ ਸੀ ਉਹਦੇ ਨਾਲ ਸਿਰਫ ਜਿਹੜੇ ਹੈਗੇ ਨੇ ਨੌਜਵਾਨ ਹੈਗੇ ਨੇ ਇਹ ਦੈਟਸ ਟੋਟਲੀ ਰੋਂਗ ਹੈ ਉਹ ਗਰਾਊਂਡ ਰਿਐਲਿਟੀ ਨਹੀਂ ਹੈਗੀ ਔਰ ਦੂਜੀ ਗੱਲ ਮੈਂ ਇਹੀ ਕਹਿੰਦਾ ਹੈਗਾ ਸੀ ਮੇਰੀ ਵੀਡੀਓ ਦੇ ਵਿੱਚ ਮੈਂ ਇਹੀ ਕਿਹਾ ਹੈਗਾ ਜਦੋਂ ਇਹਨਾਂ ਨੂੰ ਰਵੀ ਸਿੰਘ ਹੋਰ ਇਹਨਾਂ ਨੂੰ ਕਿਹਾ ਹੈਗਾ ਵੀ ਦੇਖੋ ਜੇਕਰ ਦੀਪ ਸਿੱਧੂ ਦੀ ਤੁਸੀਂ ਸਪੋਰਟ ਕਰਨੀ ਹੈਗੀ ਤਾਂ ਤੁਸੀਂ ਸਪੋਰਟ ਕਰੋ ਉਹਨਾਂ ਨੂੰ ਕਹੋ ਉੱਥੇ ਐਨੇ ਹੋਰ ਵੀ ਜਿਹੜੇ ਬਾਰਡਰ ਹੈਗੇ ਨੇ ਖਾਲੀ ਪਏ ਹੈਗੇ ਨੇ ਉੱਥੇ ਦਿੱਲੀ ਦੇ ਉੱਥੇ ਜਾ ਕੇ ਆਪਣੀ ਅੱਜ ਦੀ ਉਹ ਕਰਨ ਧਰਨਾ ਲਾਉਣ ਤਾਂ ਜੋ ਪਤਾ ਚੱਲੇ ਕਿ ਹੋਣ ਰਹੀ ਹੈਗੀ ਨਹੀਂ ਜਾਇਏ ਕਿ ਤੁਸੀਂ ਸਪੋਰਟ ਕਰਨਾ ਹੈਗਾ ਤੁਸੀਂ ਲਗਾਤਾਰ ਤੁਸੀਂ ਉਹਨਾਂ ਨੂੰ ਸਪੋਰਟ ਕਰੀ ਜਾਣਾ ਲਗਾਤਾਰ ਉਹਦੇ ਵਿੱਚੋਂ ਜਿਹੜੀ ਜਿਹੜੀ ਲੀਡਰਸ਼ਿਪ ਹੈਗੀ ਹੈ ਨੁਕਸਾਨਾਂ ਦੀ ਲੀਡਰਸ਼ਿਪ ਹੈਗੀ ਹੈ ਉਹਤੇ ਵੀ ਬਹੁਤ ਜ਼ਿਆਦਾ ਮਾੜਾ ਅਸਰ ਪੈ ਰਿਹਾ ਹੈ ਤੁਹਾਨੂੰ ਲੱਗਦਾ ਕਿ ਰਵੀ ਸਿੰਘ ਜਾਂ ਦੀਪ ਸਿੱਧੂ ਫਟ ਪਾਲਣਗੇ ਨੀ ਮੈਂ ਇਹ ਨਹੀਂ ਕਹਿੰਦਾ ਕਿ ਵੀ ਰਵੀ ਸਿੰਘ ਦੀ ਇਹ ਇੰਟੈਂਸ਼ਨ ਹੈਗੀ ਵੀ ਉਹ ਫੁੱਟ ਪਾ ਦੂਗਾ ਹੈਗਾ ਪਰ ਕਈ ਚੀਜ਼ਾਂ ਦੇ ਤੋਂ ਗਰੇਜ਼ ਕਰਨਾ ਚਾਹੁੰਦਾ ਜਦੋਂ ਤੁਹਾਡੀ ਇਮੇਜ ਇੰਨੀ ਚੰਗੀ ਹੈਗੀ ਐਡੀ ਵੱਡੀ ਇਮੇਜ ਹੈਗੀ ਇੱਕ ਵੱਡੀ ਆਰਗੇਨਾਈਜੇਸ਼ਨ ਨੂੰ ਰਨ ਕਰ ਰਹੇ ਹੈਗੇ ਆ ਆ ਛੋਟੀਆਂ ਚੀਜ਼ਾਂ ਦੇ ਵਿੱਚ ਪਾ ਕੇ ਆਈ ਥਿੰਕ ਉਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਇਸ ਇਸ ਲੈਵਲ ਦੇ ਉੱਤੇ ਜਾ ਕੇ ਕਿਉਂਕਿ ਲੀਡਰਸ਼ਿਪ ਦੇ ਉੱਤੇ ਤੁਸੀਂ ਕੁਐਸਚਨ ਕਰ ਰਹੇ ਹੈਗੇ ਹੋ ਇਹਦਾ ਮਤਲਬ ਤੁਸੀਂ ਇਹ ਕਰ ਰਹੇ ਹੋ ਵੀ ਜਿਹੜੀ ਉੱਥੇ ਲੀਡਰਸ਼ਿਪ ਕਿਸਾਨ ਲੀਡਰਸ਼ਿਪ ਐਡੀ ਵੱਡੀ ਬੈਠੀ ਹੈਗੀ ਹੈ ਤੁਸੀਂ ਉਹਨਾਂ ਤੇ ਕੁਐਸਚਨ ਉਹਨਾਂ ਦੀ ਕ੍ਰੈਡੀਬਿਲਟੀ ਤੇ ਕੁਐਸਚਨ ਖੜਾ ਕਰ ਰਹੇ ਜਦੋਂ ਤੁਸੀਂ ਤੁਸੀਂ ਇਹ ਗੱਲਾਂ ਕਹੀਆਂ ਕਿ ਉਹਨਾਂ ਦੇ ਪਰਿਵਾਰ ਦੇ ਬੰਦੇ ਹੀ ਆ ਵਿੱਚ ਸਾਰੇ ਏਡ ਦੇ ਵਿੱਚ ਜਿਹੜੀ ਸੰਸਥਾ ਚਲਾ ਰਹੇ ਆ ਉਹ ਸਾਰਾ ਪਰਿਵਾਰ ਚਲਾ ਰਿਹਾ ਤੁਸੀਂ ਇਹ ਗੱਲਾਂ ਕਹੀਆਂ ਮੈਂ ਉਹ ਇਹ ਕਹਿਣ ਦੀ ਜਰੂਰਤ ਨਹੀਂ ਹੈਗੀ ਉਹ ਤਾਂ ਸਾਰਾ ਉੱਥੇ ਪ੍ਰੈਕਟੀਕਲ ਹੈਗਾ ਉਹ ਤਾਂ ਸਾਰਾ ਕੁਝ ਆਨਲਾਈਨ ਫਾਈਲਿੰਗ ਕਰੀ ਹੈਗੀ ਉਹਨਾਂ ਦੇ ਪਰਿਵਾਰ ਦੇ ਬੰਦੇ ਜਿਹੜੇ ਹੈਗੇ ਨੇ ਉਹ ਤਾਂ ਬਰੇਵੀ ਸਿੰਘ ਆਪ ਕਹਿੰਦੇ ਹੈਗੇ ਨੇ ਉਹਨਾਂ ਦੀ ਜਿਹੜੀ ਜਿਹੜੇ ਅਮਰੀਕਾ ਦੇ ਉਹ ਹੈਗੇ ਨੇ ਉਹ ਵੀ ਉਹਨਾਂ ਦੇ ਪਰਿਵਾਰ ਦੇ ਬੰਦੇ ਹੈਗੇ ਨੇ ਪੰਜ ਬੰਦੇ ਹੈਗੇ ਨੇ ਆਈ ਥਿੰਕ ਸੱਤ ਬੰਦਿਆਂ ਦੇ ਵਿੱਚੋਂ ਚਾਰ ਜਾਂ ਪੰਜ ਬੰਦੇ ਹੈਗੇ ਨੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਹੈਗੇ ਨੇ ਔਰ ਉਹਦੇ ਵਿੱਚ ਕੋਈ ਮ ਇਹ ਸਿਰਫ ਰਵੀ ਸਿੰਘ ਹੋ ਰਹੇ ਦੀ ਇੱਕ ਖਾਲਸਾਈ ਨਹੀਂ ਹੈਗੀ ਇਹ ਸਾਰੇ ਸਿੱਖ ਕੌਮ ਦੀ ਹੋਣੀ ਚਾਹੀਦੀ ਹੈ ਆਪਣੇ ਬਹੁਤ ਜਿਹੜੇ ਰਿਟਾਇਰਡ ਜੱਜ ਵੀ ਬੈਠੇ ਹੈਗੇ ਨੇ ਬਹੁਤ ਪ੍ਰੋਮੀਨੈਂਟ ਬੰਦੇ ਬੈਠੇ ਹੈਗੇ ਨੇ ਉਹਨਾਂ ਨੂੰ ਵੀ ਇਸ ਚੀਜ਼ ਦੇ ਵਿੱਚ ਆਰਗੇਨਾਈਜੇਸ਼ਨ ਵਿੱਚ ਬਹੁਤ ਬਹੁਤ ਲੋਕ ਜੁੜੇ ਹੋਏ ਆ ਸੁਖੀ ਚਲ ਨਾਲ ਬਹੁਤ ਲੋਕ ਜੁੜੇ ਹੋਏ ਆ ਜੇ ਕੱਲ ਨੂੰ ਰਵੀ ਸਿੰਘ ਖੜੀ ਜਵਾਬ ਦੇਣ ਲਈ ਆਗੇ ਸੁਖੀ ਚਲ ਮੈਂ ਫਿਰ ਪੁੱਛ ਰਿਹਾ ਸੁਖੀ ਚਲ ਭੱਜਣਗੇ ਤਾਂ ਨਹੀਂ ਮੈਂ ਕਹਿੰਦਾ ਜੀ ਤੁਸੀਂ ਜਿਸ ਟਾਈਮ ਤੇ ਜਿੱਥੇ ਕਹੋਗੇ ਹੈਗੇ ਮੈਂ 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 ਤਾਂ ਇਹ ਕੋਸ਼ਿਸ਼ ਕਰੂੰਗਾ ਵੀ ਉੱਥੇ ਜਾ ਕੇ ਲੰਡਨ ਗੁਰਦੁਆਰਾ ਸਾਹਿਬ ਦੇ ਵਿੱਚ ਬੈਠ ਕੇ ਆਪਾਂ ਨਾਲੇ ਜਿਹੜੇ ਔਰ ਉਹਨਾਂ ਦਾ ਆਪਾਂ ਉਹਨਾਂ ਤੋਂ ਸਵਾਲ ਵੀ ਉਹ ਕਰ ਲਾਂਗੇ ਹੈਗੇ ਵੀ ਇਹ ਕੁਐਸਚਨ ਹੈਗੇ ਨੇ ਇਹ ਕਨਸਰਨ ਹੈਗੇ ਨੇ ਕਿਉਂਕਿ ਇਹ ਦੇ ਵਿੱਚ ਮੇਰੇ ਜਾਂ ਤੁਹਾਡੇ ਕੁਐਸਚਨ ਦਾ ਕੋਈ ਫਰਕ ਨਹੀਂ ਪੈਂਦਾ ਹੈਗਾ ਇਹਦੇ ਵਿੱਚ ਹੁੰਦਾ ਹੈਗਾ ਵੀ ਤੁਸੀਂ ਲੌਂਗ ਟਰਮ ਵਾਸਤੇ ਤੁਸੀਂ ਐਡੀ ਵੱਡੀ ਆਰਗੇਨਾਈਜੇਸ਼ਨ ਖੜੀ ਕਰ ਦਿੱਤੀ ਹੈਗੀ ਕਿਤੇ ਇਹ ਨਾ ਹੋਵੇ ਕੱਲ ਨੂੰ ਕਿਤੇ ਉਹਦਾ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਸ ਚੀਜ਼ ਤੋਂ ਉੱਠ ਜਾਵੇ ਚਲੋ ਇੱਕ ਹੋਰ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਸੁਖੀ ਚਾਹਲ ਐਸਐਫ ਜੇਟ ਵੀ ਬੜੇ ਸਵਾਲ ਚੁੱਕਦੇ ਆ ਪਤਾ ਨਹੀਂ ਕਿਉਂ ਚੱਕਦੇ ਐਸਐਫ ਜੇਟ ਤੇ ਸਵਾਲ ਇਸ ਵਾਲਾਂ ਦੇ ਜਵਾਬ ਦੇ ਵਿਚਾਲੇ ਖਾਲਿਸਤਾਨ ਦੇ ਏਜੰਡੇ ਬਾਰੇ ਉਹਨਾਂ ਨੇ ਪਹਿਲਾਂ ਗੱਲ ਕੀਤੀ ਹੈ ਪਰ ਐਸਐਫਜੀ ਤੇ ਸਵਾਲ ਕਿਉਂ ਚੁੱਕਦੇ ਪਏ ਆ ਪੋਲੀਟিক্যাল ਸਾਈਨਲ ਵਾਲੇ ਸਵਾਲ ਕਿਉਂ ਹੁੰਦੇ ਪਏ ਆ ਸਾਰੇ ਸਵਾਲ ਹੋਣਗੇ ਵਿਰਤੋਂ ਵਾਪਸ ਆ ਰਹੇ ਆ ਆਖਰੀ ਹਿੱਸੇ ਵਿੱਚ ਹੋ ਗਏ ਸੀ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਆ ਤੇ ਸਵਾਗਤ ਦੇ ਨਾਲ ਸੁਖੀ ਚੱਲ ਸਾਡਾ ਮੌਜੂਦ ਹੈਗਾ ਸੁਖੀ ਚੱਲ ਤੁਸੀਂ ਐਸਐਫਜੀ ਤੇ ਬੜੇ ਸਵਾਲ ਚੁੱਕਦੇ ਹੋ ਤੁਸੀਂ ਮੋਗੇ ਦੇ ਵਿੱਚ ਜਿਹੜਾ ਇਹ ਝੰਡੇ ਵਾਲਾ ਹੋਇਆ ਸੀ ਸਾਰਾ ਕੁਝ ਮਾਮਲਾ ਉਸ ਤੇ ਬੜੇ ਸਵਾਲ ਚੁੱਕਦੇ ਰਹੇ ਹੋ ਸੁਖੀ ਚੱਲ ਤੁਹਾਡਾ ਮਕਸਦ ਹੈ ਕੀ ਹੈ ਕਿਉਂ ਤੁਸੀਂ ਮੈਂ ਮੈਂ ਤਾਂ ਸਿੱਧਾ ਸਵਾਲ ਤੁਹਾਨੂੰ ਕਰਦਾ ਤੁਹਾਡਾ ਮੋਬਾਈਲ ਦਾ ਜਿਆਦਾ ਡਾਟਾ ਇਹਨਾਂ ਤੇ ਯੂਜ਼ ਹੁੰਦਾ ਮੈਨੂੰ ਲੱਗਦਾ ਦੇਖੋ ਇਹ ਜਾਂ ਤਾਂ ਕੋਈ ਮਾੜਾ ਕੰਮ ਕਰ ਰਹੀ ਹੋਈ ਹੈ ਜਾਂ ਕੋਈ ਇੱਕ ਹੋ ਵੀ ਜੋ ਮੈਂ ਕਹਣਾ ਹੈਗਾ 99% ਜਿਹੜੀ ਕਮਿਊਨਿਟੀ ਹੈਗੀ ਹੈ ਸਿੱਖਾਂ ਦੀ ਜਿਹੜੀ ਕਮਿਊਨਿਟੀ ਹੈਗੀ ਹੈ ਪੰਜਾਬੀ ਕਮਿਊਨਿਟੀ ਹੈਗੀ ਹੈ ਜਿਹੜੀ ਨਾਰਥ ਅਮਰੀਕਾ 'ਚ ਵੀ ਰਹਿੰਦੀ ਹੈ ਬ੍ਰਾਡਰ ਰਹਿੰਦੀ ਹੈਗੀ ਉਹ ਵੀ ਇਸੇ ਚੀਜ਼ ਦੇ ਨਾਲ ਸਹਿਮਤ ਹੋਣਗੇ ਕਿਉਂਕਿ ਜੋ ਅੱਜ ਤੱਕ ਇਹ ਤੁਸੀਂ ਐਸਐਫ ਜੀ ਕਹਿੰਦੇ ਹੈ 6 ਫਾਰ ਜਿਸਟਰਡ ਮਿਸਟਰ ਗੁਰਪਤਵੰਦ ਸਿੰਘ ਪੰਨੂ ਹੈਗੇ ਨੇ ਉਹੋ ਘੱਟ ਦੋ ਘੱਟ ਕਿੰਨੇ ਸਾਲਾਂ ਤੋਂ ਲਗਾਤਾਰ ਰੌਲਾ ਪਾ ਰਹੇ ਹੈਗੇ ਨੇ ਪਹਿਲਾਂ ਕਹਿੰਦੇ ਸੀ 84 ਦੇ ਅਸੀਂ ਜਿਹੜੇ ਉਥੇ ਕਤਲਗਾਰਧ ਹੋਈ ਹੈਗੀ ਹੈ ਜੈਨੋਸਾਈਡ ਸਿੱਖਾਂ ਦਾ ਹੋਇਆ ਮੈਂ ਉਹਨੂੰ ਇਨਸਾਫ ਦਵਾਉਂਗਾ ਹੈਗਾ ਮੈਂ 1 ਮਿਲੀਅਨ ਉਸ ਬੰਦੇ ਨੂੰ ਦਵਾਉਂਗਾ ਜਿਹੜਾ ਜਿਹੜਾ ਉਹਨਾਂ ਦੇ ਜਿਹੜਾ ਅਮ ਜਿਹੜਾ ਮੇਨ ਲੀਡਰ ਹੈਗਾ ਸੀ ਉਹਨੂੰ ਅੰਦਰ ਕਰਵਾਉਣ ਦੀ ਇਹ ਕਰਵਾਉਂਗਾ ਸੱਜਣ ਕੁਮਾਰ ਨੂੰ ਨਾ ਤਾਂ ਉਹਨੇ ਮਿਲੀਅਨ ਡਾਲਰ ਦਿੱਤਾ ਹੈਗਾ ਨਾ ਕੋਈ ਉੱਥੇ ਕੋਈ ਵਕੀਲ ਖੜਾ ਕਰਿਆ ਹੈਗਾ ਨਾ ਹੀ ਕੋਈ ਪੋਜੀਟਿਵ ਕੰਟਰੀਬਿਊਸ਼ਨ ਕਰੀ ਹੈ ਅੱਜ ਤੱਕ ਇਹਨਾਂ ਨੇ ਹਰ ਕੋਈ ਹਰ ਕੋਈ ਪ੍ਰਾਈਮ ਮਿਨਿਸਟਰ ਕੋਈ ਵੀ ਆਉਂਦਾ ਜਦੋਂ ਵੀ ਆਉਂਦਾ ਹੈਗਾ ਇਹਨਾਂ ਨੇ ਪਹਿਲਾਂ ਝੰਡੇ ਲੈ ਕੇ ਉੱਥੇ ਉਹਦੇ ਖਿਲਾਫ ਕਿਤੇ 100 ਮਿਲੀਅਨ ਦਾ ਲਾਅ ਸੂਟ ਕਰ ਦਿੱਤਾ ਕਦੇ 200 ਮਿਲੀਅਨ ਦਾ ਕਰ ਦਿੱਤਾ ਹੈਗਾ ਹੁਣ ਪਿੱਛੇ ਟੈਕਸਾਸ ਦੇ ਵਿੱਚ ਵੀ ਕਰਿਆ ਹੈਗਾ ਸੀਗਾ ਉਹਦੇ ਆਈ ਥਿੰਕ ਸਿੱਖ ਕੌਮ ਦੀ ਜਿਸ ਤਰ੍ਹਾਂ ਦੇ ਕੋਈ ਬਦਨਾਮੀ ਵਾਲੀ ਕੰਮ ਇਹਦੇ ਵਿੱਚ ਕੋਈ ਪੋਜੀਟਿਵ ਰਿਜ਼ਲਟ ਨਹੀਂ ਨਿਕਲ ਰਿਹਾ ਹੈਗਾ ਜਦ ਤੁਸੀਂ ਕਹੋ ਵੀ ਤੁਸੀਂ ਸਿੱਖ ਕੌਮ ਦੇ ਲਈ ਕੋਈ ਪੋਜੀਟਿਵ ਕੋਈ ਕੰਟਰੀਬਿਊਸ਼ਨ ਹੈਗੀ ਹੈ ਇਹ ਸਾਰਾ ਜਿਹੜਾ ਪ੍ਰੋਪੋਗੈਂਡਾ ਹੈਗਾ ਆਈ ਥਿੰਕ ਲੌਂਗ ਟਰਮ ਦੇ ਵਿੱਚ ਸਿੱਖਾਂ ਦੇ ਲਈ ਇੱਕ ਬੜਾ ਖਤਰਨਾਕ ਹੈਗਾ ਮਤਲਬ ਇੱਕ ਸਿਟੀਜ਼ਨ ਤੁਸੀਂ ਇਹ ਸਵਾਲ ਚੁੱਕਦੇ ਹੋ ਜਾਂ ਗੁਰਪਤਵੰਤ ਪੰਨੂ ਨਾਲ ਕੋਈ ਨਿੱਜੀ ਪੰਗਾ ਤੁਹਾਡਾ ਹੈ ਮੇਰਾ ਕੋਈ ਨਿੱਜੀ ਪੰਗਾ ਮੇਰਾ ਕੋਈ ਨਿੱਜੀ ਪੰਗਾ ਨਹੀਂ ਔਰ ਨਾ ਹੀ ਮੈਂ ਕਦੇ ਉਹਨਾਂ ਨੂੰ ਮਿਲਿਆ ਹੈਗਾ ਔਰ ਨਾ ਹੀ ਕੋਈ ਮੈਂ ਪਰਸਨਲੀ ਕਿਸੇ ਤੇ ਅਟੈਕ ਕਰਦਾ ਹੈਗਾ ਮੈਂ ਤਾਂ ਸਿਰਫ ਇੱਕ ਆਈਡਿਓਲੋਜੀ ਹੈਗੀ ਹੈ ਮੈਂ ਚਾਹੁੰਦਾ ਹੈਗਾ ਮੈਂ ਉਹਨਾਂ ਇੱਕ ਤਾਂ ਗੁਰਪਤਵੰਤ ਪੰਨੂ ਬਾਰੇ ਕਿਹਾ ਜਾਂਦਾ ਕੋਈ ਏਜੰਸੀਆਂ ਦਾ ਬੰਦਾ ਹਾਂਜੀ ਇੱਕ ਸੁਖੀ ਚਾਲ ਬਾਰੇ ਕਿਹਾ ਜਾਂਦਾ ਏਜੰਸੀਆਂ ਦਾ ਬੰਦਾ ਸੱਚ ਕੀ ਹੈ ਇਹ ਤਾਂ ਤੁਸੀਂ ਦੇਖੋ ਮੈਂ ਤਾਂ ਆਪਣੇ ਬਾਰੇ ਦੱਸ ਦਿੱਤਾ ਹੈਗਾ ਤੁਸੀਂ ਪੰਨੂ ਸਾਹਿਬ ਬਾਰੇ ਪੁੱਛ ਲਓਗੇ ਹਾਂ ਮੈਂ ਤੁਸੀਂ ਇਹਨੇ ਸਵਾਲ ਚੁੱਕਦੇ ਹੋ ਤੁਹਾਨੂੰ ਗੁਰਪਤਵੰਤਪਨ ਉਹ ਏਜੰਸੀਆਂ ਦਾ ਬੰਦਾ ਲੱਗਦਾ ਮੈਂ ਕਹਿ ਨਹੀਂ ਸਕਦਾ ਮੈਂ ਕਿਸੇ ਦੇ ਕਿਉਂ ਇਲਜ਼ਾਮ ਲਾ ਸਕਦਾ ਹੈਗਾ ਨਾ ਜੀ ਹੁਣ ਤੁਸੀਂ ਇਹ ਇਹ ਕੁਐਸਚਨ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੈਗੇ ਮੇਰੇ ਤੇ ਇਹਨੇ ਇਲਜ਼ਾਮ ਲਾਉਂਦੇ ਹੈਗੇ ਨਹੀਂ ਲੋਕੀ ਹਰ ਕਿਤੇ ਕਿਉਂਕਿ ਅੱਜ ਇਹ ਤੇ ਇੱਕ ਬੇਸਿਕ ਲੋਕਾਂ ਦਾ ਕਈ ਲੋਕਾਂ ਦਾ ਇੱਕ ਆਦਤ ਬਣ ਚੁੱਕੀ ਹੈਗੇ ਵੀ ਕਿਸੇ ਬੰਦੇ ਨੂੰ ਇਹ ਕਹਿ ਦੇਣਾ ਵੀ ਇਹ ਏਜੰਸੀਆਂ ਦਾ ਬੰਦਾ ਜੀ ਇਹ ਆਰਐਸਐਸ ਦਾ ਬੰਦਾ ਇਹ ਮੋਦੀ ਦਾ ਬੰਦਾ ਹੈ ਇਹ ਕੈਪਟਨ ਦਾ ਬੰਦਾ ਹੈ ਮੇਰੇ ਤੇ ਸਾਰੇ ਲੱਗਦੇ ਹੈਗੇ ਨੇ ਤੁਸੀਂ ਇਹ ਕਿਵੇਂ ਨਹੀਂ ਜੱਟਦੇ ਹੋ ਜਦੋਂ ਇਹ ਇਲਜ਼ਾਮ ਲੱਗਦੇ ਆਈ ਥਿੰਕ ਯੂਸ ਮੇਰੇ ਤੇ ਮੈਨੂੰ ਮੈਨੂੰ ਥ੍ਰੈਟ ਵੜਾ ਕਰਿਆ ਗਿਆ ਹੈਗਾ ਮੇਰੇ ਸਾਹਮਣੇ ਮੈਨੂੰ ਗਾਲ੍ਹਾਂ ਕੱਢੀਆਂ ਗਈ ਹੈਗੇ ਨੇ ਮੈਨੂੰ ਕਾਉਂਸਲ ਇਵਨ ਕੇ 6 ਪਰ ਜਸਟਿਸ ਦੇ ਬੰਦਿਆਂ ਨੇ ਮੈਨੂੰ ਉੱਥੇ ਜਾ ਕੇ ਜਦੋਂ ਇਹ ਨਾਰੇ ਲਾਉਂਦੇ ਹੁੰਦੇ ਹੈਗੇ ਸੀ ਇਹ ਕਾਉਂਸਲੇਟ ਦੇ ਸੈਂਟਰਲ ਅਫੀਸਰ ਦੇ ਸਾਹਮਣੇ ਉੱਥੇ ਮੇਰਾ ਨਾਮ ਲੈ ਕੇ ਗਾਲ੍ਹਾਂ ਕੱਢਦੇ ਹੈਗੇ ਸੀ ਬਹੁਤ ਆਈਆਂ ਸੀ ਬੜੀਆਂ ਆਈਆਂ ਸੀ ਮੂਵੀ ਵੀ ਆਈਆਂ ਲੱਗਿਆ ਤਾਂ ਤੇ ਡਰ ਦੇਖੋ ਅਸੀਂ ਜਿੰਨੀ ਕੁ ਜਾਉਣੀ ਹੈਗੀ ਸੀ ਜਉਂਦੀ ਹੈਗੀ ਪਰਮਾਤਮਾ ਤੁਹਾਡੇ ਨਾਲ ਹੈਗੇ ਜੋ ਅਸੀਂ ਕਰ ਰਹੇ ਹੈਗੇ ਸੱਚੇ ਦਿਲੋਂ ਕਰ ਰਹੇ ਹੈਗੇ ਤੁਹਾਨੂੰ ਡਰਨਾ ਕਿਉਂ ਹੈਗਾ ਔਰ ਲੋਕੀ ਸਾਡੇ ਨਾਲ ਹੈਗੇ ਨੇ ਪਰਮਾਤਮਾ ਸਾਡੇ ਨਾਲ ਹੈਗੇ ਔਰ ਸੀ ਕਦੇ ਸੋਚ ਕੇ ਨਹੀਂ ਕਰਦੇ ਹੁੰਦੇ ਹੈਗੇ ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਸਾਡੇ ਕੌਣ ਕੌਣ ਸਾਡੇ ਨਾਲ ਖੜੂਗਾ ਹੈਗਾ ਔਰ ਇਸ ਕਰਕੇ ਵੀ ਤੁਹਾਨੂੰ ਅੰਦਰੋਂ ਪਤਾ ਹੁੰਦਾ ਵੀ ਤੁਸੀਂ ਗਲਤ ਨਹੀਂ ਕਰ ਰਹੇ ਹੈਗੇ ਔਰ ਇਹ ਵੀ ਪਤਾ ਹੈਗਾ ਮੈਂ ਇਹ ਵੀ ਦੁਬਾਰਾ ਕਹਿਣਾ ਹੈਗਾ ਜੋ ਇਹਨਾਂ ਦੀ ਕਰਤੂਤ ਹੈਗੀ ਸੀ 6 ਪਰ ਜਸਟਿਸ ਦੀ ਔਰ ਕਈ ਬੰਦਾ ਹੁੰਦਾ ਕਿ ਵੀ ਸਤ ਕਰ ਜਿਹੜਾ ਹੈਗਾ ਨਾ ਸਾਡੇ ਮਾਨਸਾ ਬਠਿੰਡੇ ਵਾਲੇ ਕਹਿੰਦੇ ਹੁੰਦੇ ਨੇ ਵੀ ਸਤ ਕਰ ਡ ਜਿਹੜੀ ਕਿਸਾਨਾਂ ਦੀ ਹਜਿਟੇਸ਼ਨ ਉਹਨੂੰ ਵੀ ਨਹੀਂ ਬਖਸ਼ਾ ਹੈਗਾ ਉਹਨੂੰ ਵੀ ਹਾਈਜੈਕ ਕਰਨ ਦੀ ਕੋਸ਼ਿਸ਼ ਕਰੀ ਉਹਨੂੰ ਜਾ ਕੇ ਉੱਥੇ ਝੰਡਾ ਚੜਾ ਦਿਓ ਜੀ ਉੱਥੇ ਤੁਹਾਨੂੰ ਲੱਖ ਰੁਪਏ ਦੇ ਦਾਂਗੇ ਹੈਗੇ ਕਰੋਨਾ ਦੇ ਦੌਰਾਨ ਲੋਕਾਂ ਦੇ ਉੱਤੇ ਫੋਨ ਫੋਨ ਕਰ ਕਰਕੇ ਲੋਕਾਂ ਨੂੰ ਡਰਾਉਣਾ ਹੈਗਾ ਲੋਕਾਂ ਨੂੰ ਧਮਕਾਉਣਾ ਜਿੱਥੇ ਵੀ ਜਾਣਾ ਉੱਥੇ ਵੋਟਾਂ ਪਵਾ ਲਓ ਜੀ ਦਿਸ ਇਜ਼ ਦੈਟ ਦਿਸ ਇਜ਼ 올 ਨੌਨਸੈਂਸ ਆਉਂਦੇ ਤੁਹਾਨੂੰ ਨੇ ਆਉਂਦੇ ਫੋਨ ਫੋਨ ਆਈ ਜਾਂਦੇ ਹੈਗੇ ਨੇ ਜੋ ਆਈ ਜਾਂਦੇ ਨੇ ਤਾਂ ਹੀ ਤੇ ਮੇਰੇ ਜਿਹੜੇ ਫੋਨ ਦਾ ਡਾਟਾ ਤੁਸੀਂ ਕਹਿੰਦੇ ਹੈਗੇ ਅੱਧਾ ਅੱਧਾ ਤਾਂ ਇਹਨਾਂ ਲੋਕਾਂ ਤੇ ਤਾਂ ਹੀ ਆਉਂਦਾ ਹੈਗਾ ਇਦਾਂ ਦੀਆਂ ਕਾਲਾਂ ਆਉਂਦੀ ਮੋਗੇ ਦੇ ਪਿੰਡ ਕੋਲੇ ਇੱਕ ਰੌਲੀ ਪਿੰਡ ਹੈਗਾ ਮੋਗੇ ਦੇ ਸ਼ਹਿਰ ਦੇ ਨਾਲ ਇੱਕ ਰੌਲੀ ਪਿੰਡ ਹੈਗਾ ਮੈਂ ਉਸ ਜਿਹੜੇ ਲੜਕੇ ਨੇ ਦੋ ਲੜਕੇ ਨੇ ਡਿਪਟੀ ਕਮਿਸ਼ਨਰ ਦੇ ਆਫਿਸ ਦੇ ਉੱਤੇ ਝੰਡਾ ਚੜਾਇਆ ਸੀ ਖਾਲਿਸਤਾਨ ਦਾ ਪੰਨੂ ਸਾਹਿਬ ਦੇ ਕਹਿਣ ਦੇ ਉੱਤੇ ਇਹ ਕਹਿੰਦੇ ਸੀ 2500 ਡਾਲਰ ਦੇਵਾਂਗੇ ਹੈਗੇ ਉਸ ਲੜਕੇ ਨੂੰ ਉਹ ਤਿੰਨ ਲੜਕੇ ਹੈਗੇ ਨੇ ਅੱਜ ਕੱਲ ਨਾਬਾ ਜੇਲ੍ਹ ਦੇ ਵਿੱਚ ਹੈਗੇ ਨੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਵਕੀਲ ਨਹੀਂ ਜਾ ਰਿਹਾ ਹੈਗਾ ਕਿਉਂਕਿ ਜਿਹੜਾ ਪਰਿਵਾਰ ਹੈਗਾ ਸੀ ਉਹਨਾਂ ਕੋਲੇ 1 ਏਕੜ ਜ਼ਮੀਨ ਹੈਗੀ ਆ ਉਸ ਲੜਕੇ ਨੇ ਇਹ ਗਲਤੀ ਕੀਤੀ ਹੈਗੀ ਇਹਨਾਂ ਦੇ ਪਿੱਛੇ ਲੱਗ ਕੇ ਹੁਣ ਉਹ ਪਰਿਵਾਰ ਹੈਗਾ ਉਹ ਰੋ ਰਿਹਾ ਹੈਗਾ ਉਹ ਉਸ ਲੜਕੇ ਦੇ ਇੰਦਰਜੀਤ ਉਹ ਲੜਕੇ ਦਾ ਨਾਮ ਹੈਗਾ ਰੌਲੀ ਪਿੰਡ ਦੇ ਵਿੱਚ ਮੈਂ ਜਾ ਕੇ ਉਹਦੀ ਇੰਟਰਵਿਊ ਕਰਕੇ ਆਇਆ ਉਹਦੇ ਫਾਦਰ ਸਾਹਿਬ ਦੀ ਉਦੇ ਫਾਦਰ ਸਾਹਿਬ ਦੇ ਹੰਝੂਆਂ ਦੇ ਉੱਤੋਂ ਜੇ ਤੁਸੀਂ ਇੰਟਰਵਿਊ ਦੇਖੋਗੇ ਨਾ ਤੁਹਾਨੂੰ ਪਤਾ ਚੱਲ ਜੇਗਾ ਵੀ ਇਹਨਾਂ ਲੋਕਾਂ ਦੀ ਕਰਤੂਤ ਦੀ ਵਜ੍ਹਾ ਕਰਕੇ ਇਹਨਾਂ ਲੋਕਾਂ ਨੇ ਉੱਥੇ ਜਾ ਕੇ ਦੁਕਾਨਦਾਰੀ ਖੋਲੀ ਹੈਗੀ ਹੈ ਪੰਜਾਬ ਦਾ ਨੌਜਵਾਨ ਇੱਥੇ ਇਹਨਾਂ ਦੀ ਵਜ੍ਹਾ ਕਰਕੇ ਸਫਰ ਕਰ ਰਹੇ ਹੈਗੇ ਔਰ ਮੈਂ ਨਹੀਂ ਚਾਹੁੰਦਾ ਹੈਗਾ ਵੀ ਇਹ ਜਿਹੜੇ ਜਿਹੜੇ ਇੱਥੇ ਨੈਰੇਟਿਵ ਬਿਲਡ ਅਪ ਕਰ ਰਹੇ ਹੈਗੇ ਨੇ ਜਿਹੜੀ ਉੱਥੇ ਦੁਕਾਨਦਾਰੀ ਚਲਾ ਰਹੇ ਹੈਗੇ ਨੇ ਇਹ ਸਿੱਖ ਕੌਮ ਦੇ ਲਈ ਇੱਕ ਬੜੀ ਖਤਰਨਾਕ ਹੈ ਕਿਹੜੀ ਦੁਕਾਨਦਾਰੀ ਆ ਜਿਹੜੀ ਜੋ ਇੱਥੇ ਪ੍ਰੋਪਗੈਂਡਾ ਕਰ ਰਹੇ ਹੈਗੇ ਨੇ ਫੰਡਿੰਗ ਫੰਡਿੰਗ ਦੀ ਦੁਕਾਨਦਾਰੀ ਜਵਾਨੀ ਨੂੰ ਗੁੰਮਰਾਹ ਕਰਨ ਦਾ ਮੁੱਦਾ ਕਿਹੜੇ ਦੁਕਾਨਦਾਰੀ ਕਰੀਏ ਮੇਰਾ ਦੁਕਾਨ ਜਿਹੜੀ ਜਵਾਨੀ ਨੂੰ ਗੁੰਮਰਾਹ ਕਰਨ ਦਾ ਮੁੱਦਾ ਹੈਗਾ ਬੜਾ ਸੀਰੀਅਸ ਮੁੱਦਾ ਹੈਗਾ ਰੈਡੀਕਲਾਈਜੇਸ਼ਨ ਜਿਹੜੇ ਆਉਣ ਵਾਲੇ ਬੱਚੇ ਹੈਗੇ ਨੇ ਉਹਨਾਂ ਦੇ ਉੱਤੇ ਵੀ ਗਲਤ ਇੰਪ੍ਰੈਸ਼ਨ ਜਾਂਦਾ ਹੈਗਾ ਪੋਲਿਟਿਕਲ ਅਸਾਈਲੈਂਟ ਵਾਲਾ ਹੈਗਾ ਤੁਸੀਂ ਦੇਖੋ ਇਹ ਤਾਂ ਉੱਥੇ ਇਹ ਤਾਂ ਉੱਤੇ ਚੁੱਲ ਆਪਣਾ ਕੰਮ ਚਲਾਉਂਦੇ ਹੈਗੇ ਨੇ ਜੇਕਰ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਲਈ ਹੈਗੇ ਤੁਸੀਂ ਆਰਟੀਆਈ ਤੇ ਕਢਾ ਕੇ ਦੇਖ ਲਓਗੇ ਜਿਹੜੀ ਲੋਕਾਂ ਨੂੰ ਪੋਲਿਟਿਕਲ ਅਸਾਈਲੈਂਟ ਵਾਲਿਆਂ ਨੂੰ ਉੱਥੇ ਪਾਸਪੋਰਟ ਮਿਲੇ ਰਹੇ ਹੈਗੇ ਨਾ ਮੇਰਾ ਨਾਮ ਤੁਹਾਨੂੰ ਪਤਾ ਚੱਲ ਜਾਊਗਾ ਹ ਉਹ 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 ਉੱਥੋਂ ਲਾ ਦਿੰਦਾ ਨਾ ਫਿਰ ਅੱਜ ਦੁਕਾਨਦਾਰ ਹੀ ਉਹ ਉਹ ਨਹੀਂ ਨਹੀਂ ਮੈਂ ਇਹਨਾਂ ਦੀ ਦੁਕਾਨਦਾਰੀ ਨਹੀਂ ਕਹਿੰਦਾ ਹੈਗਾ ਮੈਂ ਤਾਂ ਗਵਰਨਮੈਂਟ ਆਫ ਇੰਡੀਆ ਨੇ ਐਟ ਲੀਸਟ ਕਿ ਆਊਟ ਆਫ ਦਾ ਵੇਜ ਆ ਕੇ ਸਾਡੇ ਵਰਗੇ ਲੋਕਾਂ ਨੂੰ ਉਸੇ ਪਾਸਪੋਰਟ ਇੰਡੀਅਨ ਪਾਸਪੋਰਟ ਦਿੱਤੇ ਔਰ ਇੰਡੀਅਨ ਵੀਜ਼ਾ ਦਿੱਤੇ ਹੈ ਤੇ ਹਜ਼ਾਰਾਂ ਲੋਕਾਂ ਨੂੰ ਲੱਖਾਂ ਲੋਕਾਂ ਨੂੰ ਉਸ ਚੀਜ਼ ਦਾ ਫਾਇਦਾ ਹੋਇਆ ਹੈਗਾ ਇਹ ਤਾਂ ਇਹ ਤਾਂ ਜਿਹੜਾ ਇੱਥੋਂ ਬਾਹਰ ਹੋ ਜਾਂਦਾ ਹੈਗਾ ਉਹਨੂੰ ਝੰਡੇ ਚ ਚੜਾ ਦੇਣੇ ਹੈਗੇ ਨੇ ਉਹਨੂੰ ਉਹਨੂੰ ਝੰਡਾ ਫੜਾ ਦੇਣਾ ਹੈਗਾ ਉਹਦੇ ਟੀ-ਸ਼ਰਟ ਪਾ ਦੇਣੀ ਹੈਗੀ ਚਲੋ ਜੀ ਖਾਲਿਸਤਾਨ ਬਣਾਉਣਾ ਔਰ ਮੈਂ ਇੱਥੇ ਲੋਕਾਂ ਨੂੰ ਹਰ ਇੱਕ ਹ ਉਹ ਕਹਿੰਦੇ ਖਾਲਸਾਤਨ ਦੇ ਨਾਂ ਦੀ ਇੱਥੇ ਕੋਈ ਚੀਜ਼ ਨਹੀਂ ਹੈਗੀ ਨਾ ਜਿਹੜੀ ਚਾਹੀਦੀ ਹੈ ਇੱਥੇ ਮੁੱਦਾ ਨਹੀਂ ਨਹੀਂ ਹੈਗਾ ਸੁੱਖੀ ਚਾਲੇ ਮੁੱਦਾ ਹੀ ਨਹੀਂ ਹੈਗਾ ਮੁੱਦਾ ਹੀ ਨਹੀਂ ਹੈਗਾ ਉਹ ਕਹਿੰਦੇ ਦੇਖੋ ਜਿਹੜੇ ਮੁੱਦੇ ਹੈਗੇ ਨੇ ਉਹਨਾਂ ਵਾਸਤੇ ਤਾਂ ਕੋਈ ਗੱਲ ਨਹੀਂ ਕਰੇ ਹੈਗੇ ਤੁਹਾਨੂੰ ਇੱਥੇ ਨੌਕਰੀਆਂ ਚਾਹੀਦੀਆਂ ਜੇਕਰ ਮੁੱਦਾ ਚੁੱਕਿਆ ਹੋਇਆ ਜਾਂਦਾ ਜਦੋਂ ਵੀ ਕਿਸਾਨ ਸੰਘਰਸ਼ ਵਿੱਚ ਮੁੱਦਾ ਵਾਰ-ਵਾਰ ਹਾਈਲਾਈਟ ਕੀਤਾ ਗਿਆ ਉਹ ਉਹ ਏਜੰਸੀਆਂ ਨਹੀਂ ਹਾਈਲਾਈਟ ਕਰ ਰਹੀਆਂ ਕੌਣ ਹਾਈਲਾਈਟ ਕਰ ਰਿਹਾ ਤੁਸੀਂ ਮੈਂ ਹਰ ਇੱਕ ਚੀਜ਼ ਤੇ ਮੈਂ ਤਾਂ ਕਹਿੰਦੇ ਚਲੋ ਏਜੰਸੀਆਂ ਦਾ ਤਾਂ ਫਰਜ਼ ਬਣਦਾ ਹੈਗਾ ਸਟੇਟ ਦਾ ਫਰਜ਼ ਬਣਦਾ ਜਦੋਂ ਤੁਸੀਂ ਇੰਨੀ ਐਜੀਟੇਸ਼ਨ ਉਹਨਾਂ ਦੇ ਤੋ ਰੇਗੂ ਉਹ ਤਾਂ ਨਾਨਸੈਂਸ ਹੈਗਾ ਨਾ ਉਹ ਤੁਹਾਨੂੰ ਕੰਟੈਕਟ ਕਰਨੇ ਪਏ ਗੁਰਪ੍ਰਤਮਤ ਨੂੰ ਇੰਡੀਆ ਆਂਦੇ ਕਦੇ ਕਦੇ ਇੰਡੀਆ ਆਏ ਤੁਸੀਂ ਉਹਨਾਂ ਨੂੰ ਪੁੱਛੇ ਹੈਗਾ ਕੋਈ ਚੰਡੀਗੜ੍ਹ ਦੀ ਰਹਿਣ ਵਾਲੇ ਹੈਗੇ ਨੇ ਜੇ ਆਏ ਤੇ ਤੁਹਾਨੂੰ ਇੱਥੇ ਮਿਲ ਕੇ ਜਾਣਗੇ ਹੈਗੇ ਇੱਥੇ ਇੰਟਰਵਿਊ ਕਰ ਜਾਣਗੇ ਹੈਗੇ ਪਰ ਮੈਨੂੰ ਨਹੀਂ ਮੈਨੂੰ ਯਕੀਨ ਨਹੀਂ ਹੈਗਾ ਮੈਨੂੰ ਮੈਨੂੰ ਪਤਾ ਨਹੀਂ ਹੈਗਾ ਉਹ ਆਉਣਗੇ ਜਾਂ ਨਹੀਂ ਉਹ ਜੇਕਰ ਆਏ ਤੇ ਉਹਨਾਂ ਨੇ ਵੀ ਮੈਨੂੰ ਬੁਲਾ ਲੈ ਲਿਆ ਲਾਸਟ ਕਦੋਂ ਆਏ ਸੀ ਤੁਸੀਂ ਤਾਂ ਸਾਰਾ ਡਾਟਾ ਰੱਖਿਆ ਹੋਣਾ ਤਾਂ ਲਾਸਟ ਟਾਈਮ ਕਦੋਂ ਆਏ ਸੀ ਚਲੋ ਆਪਾਂ ਇਹਨਾਂ ਗੱਲਾਂ 'ਚ ਕਾਹਨੂੰ ਪੈਣਾ ਹੈਗਾ ਹਾਂ ਆਪਾਂ ਇਹਨਾਂ ਗੱਲਾਂ ਆ ਸਕਦੇ ਵੈਸੇ ਇੰ ਕਿਉਂਕਿ ਸੁਖੀ ਚਲ ਇਥੇ ਜਨਤਾ ਦਾ ਸਵਾਲ ਆ ਕਹਿੰਦੇ ਜਿਹੜੇ ਤੁਸੀਂ ਜਵਾਨੀ ਨੂੰ ਕਹਿ ਰਹੇ ਹੋ ਕਿ ਝੰਡੇ ਚੜਾ ਦਿਓ ਕਹਿੰਦੇ ਆਪ ਕਿਹਨੂੰ ਚੜਾਉਂਦਾ ਮੈਂ ਐਗਜ਼ੈਕਟਲੀ ਤੁਸੀਂ ਲਾਲ ਕਿਲੇ ਦੇ ਸਾਹਮਣੇ ਮੈਂ ਵੀਡੀਓ ਪਾਈ ਹੋਈ ਹੈ ਨਵੰਬਰ ਦੇ ਵਿੱਚ ਮੈਂ ਵੀਡੀਓ ਪਾਈ ਹੈਗੀ ਮੈਂ ਕਹਿੰਦਾ ਸੀ ਪੰਨੂ ਸਾਹਿਬ ਤੁਸੀਂ ਆਓ ਮੈਂ ਤੁਹਾਨੂੰ 에ਅਰਪੋਰਟ ਤੋਂ ਰਾਈਡ ਦੇਉਂਗਾ ਤੁਸੀਂ ਝੰਡਾ ਚੜਾਓ ਮੈਂ ਤੁਹਾਡੀ ਵੀਡੀਓ ਕਰੂੰਗਾ ਨਾਲੇ ਆਪਣੇ 1 ਮਿਲੀਅਨ ਡਾਲਰ ਤੁਹਾਡਾ ਵਾਜੂਗਾ 1 ਲੱਖ ਡਾਲਰ ਵਾਜੂਗਾ ਹੈਗਾ ਉਹੀ ਲੱਖ ਡਾਲਰ ਆਪਾਂ ਕਿਸੇ ਹੋਰ ਚੱਜ ਦੇ ਕੰਮ ਤੇ ਲਾਵਾਂਗੇ ਹੈਗੇ ਕਿਉਂਕਿ ਉਹਨਾਂ ਨੇ ਤਾਂ ਨਹੀਂ ਆਉਣਾ ਹੈਗਾ ਇਹਨਾਂ ਲੋਕਾਂ ਦੇ ਇਹਨਾਂ ਲੋਕਾਂ ਨੇ ਉੱਥੇ ਅਮਰੀਕਾ ਕੈਨੇਡਾ ਦੇ ਵਿੱਚ ਵੱਡੇ ਵੱਡੇ ਘਰਾਂ ਦੇ ਵਿੱਚ ਸੋਹਣੀਆਂ ਸੋਹਣੀਆਂ ਕਾਰਾਂ ਦੇ ਵਿੱਚ ਲਗਜ਼ਰੀ ਲਾਈਫ ਜਿਉ ਰਹੇ ਹੈਗੇ ਨੇ ਇਹਨਾਂ ਦੀ ਇੱਕ ਦੁਕਾਨਦਾਰੀ ਹੈਗੀ ਹੈ ਇਹਨੇ ਦੁਕਾਨਦਾਰੀ ਨੂੰ ਜਿੰਦਾ ਰੱਖਣ ਦੇ ਲਈ ਇਹਨਾਂ ਨੇ ਜਵਾਨੀ ਨੂੰ ਗੁੰਮਰਾਹ ਕਰਨਾ ਹੈਗਾ ਸਭ ਤੋਂ ਵੱਡੀ ਜਿਹੜੀ ਦੁੱਖ ਦੀ ਗੱਲ ਹੈਗੀ ਹੈ ਸਿੱਖਾਂ ਦੇ ਪੰਜਾਬੀਆਂ ਦੀ 100 ਸਾਲ ਦੀ ਤੋਂ ਜ਼ਿਆਦਾ ਦੀ ਜਿਹੜੀ ਕਮਾਈ ਹੈਗੀ ਹੈ ਉਹਨੂੰ ਇਹ ਲਾਨਤ ਦੇ ਰਹੇ ਹੈਗੇ ਨੇ ਇਹਨਾਂ ਦੀ ਛੋਟੇ 1% ਲੋਕੀ ਨਹੀਂ ਹੈਗੇ ਇਹਨਾਂ ਨੇ ਖਾਲਸਾਤਨ ਦਾ ਮੁੱਦਾ ਉਠਾ ਕੇ ਲੋਕਾਂ ਦੇ ਵਿੱਚ ਜਿਹੜੀ ਨਫ਼ਰਤ ਪੈਦਾ ਕਰ ਰਹੇ ਹੈਗੇ ਨੇ that is very dangerous ਕਿ ਜਿਹੜੀ ਜੋ ਦੋ ਜੋ ਬਾਕੀ ਕਮਿਊਨਿਟੀ ਦੇ ਨਾਲ ਉਹ ਸਿੱਖਾਂ ਨੂੰ ਅਲੱਗ ਕਰ ਰਹੇ ਹੈਗੇ ਨੇ ਤੁਸੀਂ ਇਹ ਦੇਖੋ ਮੇਰਾ ਸਭ ਤੋਂ ਜ਼ਿਆਦਾ ਕਨੈਕਸ਼ਨ ਹੈਗਾ ਇਜ਼ਰਾਈਲ ਦੇ ਨਾਲ ਤਾਂ ਹੀ ਕਰਕੇ ਤੁਸੀਂ ਏਜੰਸੀਆਂ ਦੇ ਬੰਦੇ ਕਹਿੰਦੇ ਹੈਗੇ ਸੀ ਮੈਨੂੰ ਬਹੁਤ ਲੋਕੀ ਕਹਿੰਦੇ ਹੈਗੇ ਨੇ ਵੀ ਤੁਸੀਂ ਤੁਸੀਂ ਇਜ਼ਰਾਈਲ ਦੀ ਏਜੰਸੀਆਂ ਦੇ ਬੰਦੇ ਹੈਗੇ ਹੋ ਕਿਉਂਕਿ ਮੇਰੇ ਇਜ਼ਰਾਈਲ ਦੇ ਨਿਊਜ਼ਪੇਪਰਾਂ 'ਚ ਮੇਰਾ ਕਾਫੀ ਨਾ ਹੁੰਦਾ ਹੈਗਾ ਇਸ ਕਰਕੇ ਇਜ਼ਰਾਈਲ ਦੇ ਲੋਕਾਂ ਤੋਂ ਜਿਊਇਸ਼ ਲੋਕਾਂ ਤੋਂ ਆਪਾਂ ਨੂੰ ਇੱਕ ਸਿੱਖਣਾ ਚਾਹੀਦਾ ਹੈਗਾ ਉਹ ਛੋਟੀ ਜਿਹੀ ਕਮਿਊਨਿਟੀ ਹੈ ਉਹਨਾਂ ਦੀ ਕਿੰਨੀ ਕਿੰਨੀ ਵੱ 칸 ਦੇ ਵਿੱਚ ਪੋਲੀਟੀਕਲ ਸਰਕਟ ਦੇ ਵਿੱਚ ਤੁਸੀਂ ਦੇਖੋ ਕੈਨੇਡਾ ਸਾਈਡ ਦੇ ਉੱਤੇ ਔਰ ਉਹ ਕੀ ਕਿ ਉਹ ਲੋਕੀ ਇਹਨਾਂ ਦੇ ਨਾਲ ਹੈਗੇ ਨੇ ਇਸ ਕਰਕੇ ਵੀ ਇਹ ਲੋਕੀ ਉਹਨਾਂ ਨੂੰ ਵੀ ਉਹਨਾਂ ਦੀ ਜਿਹੜੀ ਕ੍ਰੈਡਿਬਿਲਿਟੀ ਦੇ ਉੱਤੇ ਕੁਐਸਚਨ ਖੜਾ ਕਰੀ ਜਾਂਦੇ ਹੈਗੇ ਨੇ ਆ ਆਪਾਂ ਇੰਟਰੋ ਸਮਾਪਤ ਕਰਨੀ ਹੈ ਹੁਣ ਸੁਖੀ ਚੈਲ ਆ ਤੁਹਾਡੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਹ ਸਵਾਲ ਵੈਸੇ ਤੁਹਾਨੂੰ ਹੋ ਸਕਦਾ ਤਕਲੀਫ ਹੋਵੇ ਤੁਹਾਨੂੰ ਸਵਾਲ ਇਹ ਚੰਗਾ ਵੀ ਨਹੀਂ ਲੱਗੂਗਾ ਬਿਲਕੁਲ ਤੁਹਾਡੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਤੁਹਾਡੇ ਵਿਰੋਧੀ ਤੁਹਾਡੇ ਤੇ ਸਵਾਲ ਖੜੇ ਕਰਦੇ ਆ ਕਿ ਸੁਖੀ ਚੈਲ ਦਾ ਜਿਹੜਾ ਏਜੰਡਾ ਹੈਗਾ ਉਹ ਕਿਸੇ ਨੂੰ ਜੋੜਨਾ ਨਹੀਂ ਹੈ ਤੋੜਨਾ ਹੀ ਹੈ ਮੈਨੂੰ ਕਿਵੇਂ ਸਮਝਾਂ ਸੁਖੀ ਚਾ ਦੇਖੋ ਤੁਹਾਡੀ ਜਿਹੜੀ ਕ੍ਰੈਡੀਬਿਲਟੀ ਹੁੰਦੀ ਹੈਗੀ ਹੈ ਤਾਂ ਉਹ ਜੇ ਜੇ ਤਾਂ ਤੁਸੀਂ ਆਓ ਨਾ ਤੁਸੀਂ ਹਫ਼ਤੇ ਲਈ ਕਿਤੇ ਆਓ ਹੋਏਗਾ ਉਹ ਤਾਂ ਉਹ ਉਸ ਤੋਂ ਬਾਅਦ ਡਿਸਪੀਅਰ ਹੋ ਗਏ ਹੈਗੇ ਮੈਨੂੰ 27 ਸਾਲ ਹੋ ਗਏ ਉੱਥੇ ਅਮਰੀਕਾ 'ਚ ਰਹਿੰਦੇ ਨੂੰ ਮੇਰੇ ਤੁਸੀਂ ਸਾਰਾ ਰੈਕਡ ਚੁਕਾ ਕੇ ਦੇਖ ਲਓ ਔਰ ਹਾਈएस्ट ਸਕਿਉਰਿਟੀ ਕਲੀਅਰੈਂਸ ਮੇਰੇ ਕੋਲੇ ਹੈਗੀ ਹੈ ਮੈਂ ਪਬਲਿਕ ਦੇ ਵਿੱਚ ਵਿਚਰਦਾ ਹੈਗਾ ਲੋਕ ਤੁਹਾਡੇ ਪੁਰਾਣੇ ਕੇਸ ਕਿਉਂ ਚੱਕਦੇ ਆ ਲੋਕ ਕਿਉਂ ਕਹਿੰਦੇ ਤੁਹਾਡੇ ਪੁਰਾਣੇ ਕੇਸ ਉਹਦੇ ਪਰਿਵਾਰ ਦੇ ਕੁਝ ਬੰਦੇ ਹੁੰਦੇ ਨੇ ਪਰਿਵਾਰ ਦੇ ਇਸ਼ੂ ਹੁੰਦੇ ਹੈਗੇ ਨੇ ਉਹਨੂੰ ਉਹਨੂੰ ਤੁਸੀਂ ਟਵਿਸਟ ਕਰਕੇ ਹੈਗੇ ਇਹ ਇਹ ਲਿਖਾ ਕੇ ਕਰ ਦੋ ਹੈਗੋ ਉਹਨੂੰ ਤੁਸੀਂ ਕਈ ਹੁੰਦੀਆਂ ਨੇ ਖਬਰਾਂ ਤੁਸੀਂ ਗਲਤ ਖਬਰਾਂ ਲਵਾ ਦੋ ਹੈਗੋ ਔਰ ਜੇ ਮੈਂ ਗਲਤ ਖਬਰਾਂ ਦੇ ਹੁੰਦਾ ਹੈਗਾ ਤੇ ਅੱਜ ਮੈਂ ਇੰਡੀਆ ਤੁਸੀਂ ਕਿਸੇ ਵਾਸਤੇ ਪ੍ਰੋਪਗੈਂਡਾ ਕਰੀ ਜਾਓ ਇਹ ਤਾਂ ਇਹਨਾਂ ਦੀ ਹੁੰਦੀ ਹੈ ਕਿ ਪ੍ਰਵਾਦ ਦੇ ਵਿੱਚ 20 ਵਾਰੀ ਹੁੰਦਾ ਹੈਗਾ ਪ੍ਰਵਾਦ ਦੇ ਬੰਦਿਆਂ ਨੂੰ ਠੀਕ ਇਹ ਇੱਕ ਨੀਜੀ ਸਵਾਲ ਸੀਗਾ ਸੁਖੀ ਚੱਲ ਤੁਸੀਂ ਦਾ ਜਵਾਬ ਦਿੱਤਾ ਇੱਕ ਆਖਰੀ ਸਵਾਲ ਤੁਸੀਂ ਬਲੈਕਲਿਸਟ ਦੀ ਗੱਲ ਵਾਰ-ਵਾਰ ਕੀਤੀ ਹੈ ਕਾਲੀ ਸੂਚੀ ਦੀ ਗੱਲ ਵਾਰ-ਵਾਰ ਕੀਤੀ ਹੈ ਕਾਲੀ ਸੂਚੀ ਦਾ ਆਧਿਕਰ ਸਾਨੂੰ ਨਹੀਂ ਜਾਣਕਾਰੀ ਮਿਲੀ ਕਿ ਕਿੰਨੇ ਬੰਦੇ ਉਸ ਕਾਲੀ ਸੂਚੀ ਵਿੱਚੋਂ ਬਾਹਰ ਕੱਢ ਦਿੱਤੇ ਗਏ ਕਿੰਨੇ ਜਾਣੇ ਹੈ ਕਿ ਸੁਖੀ ਚੱਲ ਕੋਲ ਜਾਣਕਾਰੀ ਹੈਗੀ ਆ ਆਖਰੀ ਸਵਾਲ ਕਰ ਲੈਣਾ 304 ਬੰਦੇ ਹੈਗੇ ਸੀ ਉਹਦੇ ਵਿੱਚੋਂ 302 ਬਾਰ ਨਿਕਲ ਗਏ ਹੈਗੇ ਉਹਦੇ ਵਿੱਚ ਦੋ ਬੰਦੇ ਹਲੇ ਉਹ ਨਹੀਂ ਬਾਹਰ ਨਿਕਲ ਸਕੇ ਹੈਗੇ ਅਨੇਕ ਜਾਣਕਾਰੀ ਮੈਂ ਦੇ ਸਕਦਾ ਹਾਂ ਤੁਸੀਂ ਕੋਈ ਕੋਸ਼ਿਸ਼ ਕੀਤੀ ਇਹ ਇਨਾਂ ਸਾਰੇ ਮੁੱਦਿਆਂ ਤੇ ਮੈਂ ਦੋਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਓਵਰਆਲ ਕਾਲੀ ਸੂਚੀ ਦੀ ਗੱਲ ਕਰ ਰਿਹਾ ਮੈਂ ਕਹਿੰਦਾ ਤੁਸੀਂ ਕੱਲ ਨੂੰ ਆਰਟੀਆਈ ਦੇ ਵਿੱਚ ਉਹ ਜਦੋਂ ਵੀ ਇਹ ਇਨਫੋਰਮੇਸ਼ਨ ਪਬਲਿਕ ਹੋਏਗੀ ਹੈ ਕਿ ਡੀਕ ਕਲਾਸੀਫਾਈ ਹੋਏਗੀ ਉਹਦੇ ਵਿੱਚੋਂ ਤੁਸੀਂ ਦੇਖੋਗੇ ਮੇਰਾ ਨਾਮ ਉੱਪਰਲੀ 17 ਦੇ ਵਿੱਚ ਆਏਗਾ ਹੈਗਾ ਔਰ ਕੋਈ ਵੀ ਸਿੱਖਾਂ ਦਾ ਇਵਨ ਕਿ ਅਫਗਾਨਿਸਤਾਨ ਦੇ ਸਿੱਖ ਜਿਹੜੇ ਇੰਡੀਆ ਦੇ ਵਿੱਚ ਜਾ ਕੇ ਸੈੱਟ ਹੋਏ ਹੈਗੇ ਨੇ ਤੁਸੀਂ ਜਾ ਕੇ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਲਓ ਹੈਗੋ ਮਿਨਿਸਟਰੀ ਆਫ ਹੋਮ ਅਫੇਅਰ ਨੂੰ ਪੁੱਛ ਲਓ ਐਕਸਟਰਨਲ ਜਿਹੜੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੂੰ ਪੁੱਛ ਲਓ ਹੈਗੋ ਹੋਮ ਅਫੇਅਰ ਨੂੰ ਪੁੱਛ ਲਓ ਹੈਗੋ ਉਹਦੇ ਵਿੱਚ ਸਾਡੀ ਕਿੰਨੀ ਕੰਟਰੀਬਿਊਸ਼ਨ ਹੈਗੀ ਹੈ ਉੱਥੋਂ ਦੀਆਂ ਆਰਗੇਨਾਈਜੇਸ਼ਨਾਂ ਨੂੰ ਮਿਲ ਕੇ ਅਸੀਂ ਪ੍ਰਾਈਮ ਮਿਨਿਸਟਰ ਦੇ ਆਫਿਸ ਦੇ ਥਰੂ ਕਿੰਨਾ ਕੁ ਕੰਟਰੀਬਿਊਸ਼ਨ ਕਰਵਾਈਏ ਸੁਖੀ ਚੈਲ ਸਿੱਖਾਂ ਦਾ ਚਿਹਰਾ ਜਾਂ ਸੁਖੀ ਚੈਲ ਸਰਕਾਰ ਦਾ ਚਿਹਰਾ ਸਿੱਖਾਂ ਦਾ ਚਿਹਰਾ ਜੀ ਮੈਂ ਆ ਪ੍ਰਾਊਡ ਟੂ ਬੀ ਅ ਸਿੱਖ ਮੈਂ ਸਿੱਖਾਂ ਦਾ ਚਿਹਰਾ ਹਾਂ ਔਰ ਸਿੱਖ ਹੋਣ ਸਾਨੂੰ ਮਾਣ ਵੀ ਹੋਣਾ ਚਾਹੀਦਾ ਹੈਗੇ ਔਰ ਅਸੀਂ ਹਮੇਸ਼ਾ ਰਹਾਂਗੇ ਔਰ ਸਿੱਖਾਂ ਦੀ ਗੱਲ ਕਰਾਂਗੇ ਸਿੱਖੀ ਦੀ ਗੱਲ ਕਰਾਂਗੇ ਪੰਜਾਬ ਔਰ ਪੰਜਾਬੀਅਤ ਦੀ ਗੱਲ ਕਰਾਂਗੇ ਹੈਗੇ ਔਰ ਪੰਜਾਬੀ ਬੋਲੀ ਦੀ ਗੱਲ ਕਰਾਂਗੇ ਚਲੋ ਬਹੁਤ ਧੰਨਵਾਦ ਸੁਖੀ ਚੱਲ ਤੁਹਾਡਾ ਇਹ ਸੁਖੀ ਚੱਲ ਜਿਹੜੇ ਕਿ ਹੁਣ ਯੂ ਐਸ ਏ ਦੇ ਵਿੱਚ ਰਹਿ ਰਹੇ ਆ 27 ਸਾਲ ਹੋ ਗਿਆ ਉਹਨਾਂ ਨੂੰ ਯੂ ਐਸ ਏ ਦੇ ਵਿੱਚ ਵਸੇ ਹੋਏ ਭਾਰਤ ਚੱਕਰ ਲਗਾਉਂਦੇ ਰਹਿੰਦੇ ਆ ਤੇ ਕਿਸਾਨ ਸੰਘਰਸ਼ ਦੇ ਵਿਚਾਲੇ ਉਹਨਾਂ ਦੇ ਚੱਕਰ ਜ਼ਿਆਦਾ ਲਾ ਕੇ ਤੇ ਫਿਰ ਮੈਂ ਵੀ ਸੋਚ ਲਿਆ ਸ ਤੁਸੀਂ ਫੈਸਲਾ ਕਰਨਾ ਵਿਊ ਪੁਆਇੰਟ ਵਿੱਚ ਚਾਚ ਲਈ ਨੇ ਧੰਨਵਾਦ